ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ तेरे कवन कवन गुन कह कहे दाव तू साहिब गुण निधाना तुमरी महिमा वर्ण ना साकू तू ठाकुर ऊच भगवाना तुमरी महिमा वर्ण ना साकूं तू ठाकुर ऊच भगवाना सतनाम वाहे गुरु साहिब जियो माथै जो धुर लिखिया सो मिट ना सकै कोए नानक जो लिखिया सो वरतदा सो बूझै जिसनौ नदर होए माथै जो तुर लिखिया सो मिट ना सकै कोए नानक जो लिखिया सो वरतदा सो बूझै जिसनौ नदर होए जिन्ही नाम विसारिया कूड़ै लालच लग तंदा माया मोहनी अंतर तिश्ना यग जिन्हा वेल ना तुम्बड़ी माया ठगे ठग मनमुख बन चलाई है ना मिल ही वग सग आप भुलाए भुलिए आपे मेल मिलाए नानक गुरमुख छुटिए जे चलै सतगुरु पाए आप भुलाए भुलिए आपे मेल मिलाए नानक गुरमुख छुटिए जे चलै सतगुरु पाए वाहिगुरु जी का खालसा वाहिगुरु जी की फतेह जुगो जुग अटल शब्द सतगुरु तन तन गुरु ग्रंथ साहिब जी गुरु पातशाह जी दी अजीम अपार बख्शिश शाम समय असी सत्संगत मान रहे हाँ इस समा गुरबाणी व्याख्या का है जिस विच सलोक वारा ते वधीक ये रचना विचार रहे हाँ गुरु अमरदास पातशाह द्वारा उचित किए गए पावन श्लोक इन्हां दी प्रारंभता हुई सी अज आप जी ने इस लड़ी विच पंज ते छे नंबर श्लोक का पाठ सरवण किया है विचार का आगाज कर रहे हाँ पंज नंबर श्लोक तो साहब जिक्र करते ने माथै जो तुर लिखिया सो मेट ना सकै कोए नानक जो लिखिया सो वरतदा सो बूझै जिसनो नजर होए माथै जो तुर लिखिया सो मेट ना सकै कोए
ਅੱਜ ਅਸੀਂ ਜਿਸ ਬੜੇ ਇਨੋਵੇਟਿਵ ਅਤੇ ਬੜੇ ਐਜੂਕੇਸ਼ਨਲ ਵਰਲਡ 'ਚ ਰਹਿ ਰਹੇ ਹਾਂ, ਜਿੱਥੇ ਤੁਸੀਂ ਦੁਨੀਆ ਦੀਆਂ ਟੋਪ ਦੀਆਂ ਯੂਨੀਵਰਸਿਟੀਜ਼ ਨੂੰ ਦੇਖੋ ਅਤੇ ਉਹਨਾਂ ਦੇ ਖਾਸ ਕਰਕੇ ਡਿਪਾਰਟਮੈਂਟ ਜਿਹੜੇ ਫਿਲੋਸਫੀ ਰਿਲੇਟਿਡ ਲਿਟਰੇਚਰ ਪੜ੍ਹਾਉਂਦੇ ਨੇ ਅਤੇ ਜਿਨ੍ਹਾਂ ਨੂੰ ਹਿਊਮਨ ਸਾਇੰਸਿਸ ਕਿਹਾ ਜਾਂਦਾ ਹੈ, ਮੋਸਟਲੀ ਦੇ ਵਿੱਚ ਜਿਹੜੇ ਬੁਨਿਆਦੀ ਸਵਾਲ ਨੇ ਬਿਲਕੁਲ ਇਹੀ ਨੇ ਜਿਹੜੇ ਆ ਬਾਣੀ 'ਚ ਆ ਰਹੇ ਹਨ। ਉਹਦੇ 'ਚ ਇਹ ਪੁੱਛਿਆ ਜਾਂਦਾ ਹੈ ਕਿ ਡੂ ਵੀ ਹੈਵ ਫਰੀ ਵਿਲ ਔਰ ਐਵਰੀਥਿੰਗ ਹੈਜ਼ ਬੀਨ ਪ੍ਰੀ ਡਿਸਾਈਡਿਡ। ਸਾਡੀ ਡੈਸਟਨੀ ਜਿਹੜੀ ਹੈ ਇਹ ਪਹਿਲਾਂ ਤੋਂ ਤੈਅ ਆ ਜਾਂ ਅਸੀਂ ਉਹਦੇ 'ਚ ਕੋਈ ਰੋਲ ਅਦਾ ਕਰਦੇ ਹਾਂ। ਹੁਣ ਇਹ ਜਿਹੜੀ ਬਾਤ ਆ ਇਹਦਾ ਇਹਨੂੰ ਕਹਿੰਦੇ ਨੇ ਟ੍ਰਿਲੀਅਨ ਡਾਲਰ ਕੁਐਸਚਨ ਆ, ਕੋਈ ਜਵਾਬ ਦਏਗਾ ਇਹਦੇ ਬਾਬਤ। ਦੁਨੀਆ ਭਰ ਦੀਆਂ ਥਿਉਰੀਜ਼ ਨੇ, ਦੁਨੀਆ ਭਰ ਦੀਆਂ ਫਿਲੋਸਫੀਜ਼ ਨੇ, ਇਹਦੇ ਉੱਤੇ ਡਿਫਰੈਂਟ ਵੇ ਨਾਲ ਗੱਲਾਂ ਹੁੰਦੀਆਂ। ਫਿਰ ਮੈਂ ਇਸ ਬਾਬਤ ਜੋ ਬਾਤ ਕਰਨੀ ਹੈ ਉਹਦੇ 'ਤੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ, ਗੁਰਬਾਣੀ ਨੇ ਇੰਨਾ ਰੂਮ ਦਿੱਤਾ ਹੈ ਸਾਨੂੰ, ਚੀਜ਼ਾਂ ਨੂੰ ਹਰ ਐਂਗਲ ਤੋਂ ਵੇਖੋ, ਹਰ ਪਰਸਪੈਕਟਿਵ ਨੂੰ ਵੇਖੋ ਅਤੇ ਕੋਈ ਵੀ ਜਿਹੜੀ ਓਪੀਨੀਅਨ ਆ ਉਹ ਅਖੀਰਲਾ ਨਹੀਂ ਹੁੰਦਾ। ਹਰ ਬੰਦਾ ਸਮਝ ਦੇ ਲੈਵਲ 'ਤੇ ਲਗਾਤਾਰ ਉਹ ਕਿਸੇ ਨਾ ਕਿਸੇ ਪੜਾਅ ਨੂੰ ਵੱਧ ਰਿਹਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਉਹ ਬੰਦਾ ਘੱਟ ਰਿਹਾ, ਪਰ ਹਰ ਲੈਵਲ 'ਤੇ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਫ਼ਰ ਵਿੱਚ ਆ, ਜਰਨੀ ਵਿੱਚ ਆ। ਜਿੰਨਾ ਐਕਸਪੀਰੀਅੰਸ ਆ, ਜਿੰਨਾ ਐਕਸਪੋਜ਼ਰ ਆ, ਜਿਸ ਕਿਸਮ ਦੀ ਦੁਨੀਆ, ਜਿਸ ਕਿਸਮ ਦਾ ਉਹਦਾ ਸਾਰਾ ਮੁਹਾਜ ਆ, ਟ੍ਰੇਨਿੰਗ ਆ, ਉਹਦੇ ਵਿੱਚੋਂ ਉਸੇ ਕਿਸਮ ਦੀ ਸਮਝ ਡਿਵੈਲਪ ਹੋ ਰਹੀ ਉਸ ਰੂਪ ਦੇ ਅੰਦਰ। ਹੁਣ ਗੁਰਬਾਣੀ ਦਾ ਮੁੱਖ ਆਸ਼ਾ ਇਹ ਹੈ ਕਿ ਜੇ ਮਨੁੱਖ ਨੂੰ ਜੀਵਨ ਮਿਲਿਆ ਆ, ਮਨੁੱਖ ਉਸ ਜੀਵਨ ਦੀਆਂ ਜਿੰਨੀਆਂ ਪੋਸੀਬਿਲਿਟੀਜ਼ ਨਾਲ ਲੈ ਕੇ ਆਇਆ, ਉਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਮਾਣ ਸਕੇ, ਇਹੀ ਮਨੁੱਖ ਦੇ ਹੱਥ ਆ। ਬਸ ਉਹਨਾਂ ਨੂੰ ਮਾਣੇ ਜੋ ਪੋਸੀਬਿਲਿਟੀ ਸਾਡੇ ਕੋਲ ਹੈਗੀਆਂ ਨੇ ਜੀਵਨ ਦੇ ਵਿੱਚ, ਉਹਨਾਂ ਨੂੰ ਟਰਾਈ ਕਰੇ ਉਹਨਾਂ ਦੇ ਹਾਈਐਸਟ ਲੈਵਲ ਤੱਕ ਜਾਣ ਦੀ, ਉਹਨਾਂ ਨੂੰ ਥਰੈਸ਼ਹੋਲਡ ਤੱਕ ਟੱਚ ਕਰਨ ਦੀ, ਬਾਕੀ ਜਿਸ ਰੂਪ ਦੇ ਅੰਦਰ ਹੈ। ਇਹਦੇ ਵਿੱਚ ਕਰਤਾਰੀ ਕੁਦਰਤ, ਹਾਂ ਉਹ ਸਭ ਤੋਂ ਵੱਡਾ ਰੋਲ ਅਦਾ ਕਰਦੀ ਹੈਗੀ, ਕਿਉਂਕਿ ਉਹ ਸਰਕਮ ਸਾਂਸਿਸ ਜਿਹੜੇ ਨੇ ਉਹ ਕ੍ਰੀਏਟ ਕਰਦੇ ਨੇ। ਹੁਣ ਇਹ ਅੱਗੇ ਫਿਰ ਇੰਟਰਪ੍ਰਿਟੇਸ਼ਨ 'ਤੇ ਬਾਤ ਆ ਜਾਂਦੀ ਹੈ, ਸਰਕਮ ਸਾਂਸਿਸ ਨੂੰ ਕਿਸ ਤਰੀਕੇ ਨਾਲ ਲਿਆ ਜਾਏ। ਜਿਵੇਂ ਸਪੋਜ਼ ਮੈਂ ਸਿੰਪਲ ਕਰਦਾ ਹਾਂ, ਆਪ ਦੇਖੋਗੇ ਜਿਹੜੇ ਖਾਸ ਕਰਕੇ ਰੂੜੀ ਹੈ, ਗਾਰਬੇਜ ਆ, ਮਤਲਬ ਇਹਨੂੰ ਅਸੀਂ ਗੰਦਗੀ ਕਹਿੰਦੇ ਹਾਂ, ਗਾਰਬੇਜ ਮਾੜੀ ਚੀਜ਼ ਆ। ਗਾਰਬੇਜ ਨੂੰ ਕੌਣ ਲਾਈਕ ਕਰਦਾ? ਜਿਹੜਾ ਖਾਸ ਕਰਕੇ ਜਿਹੜੀ ਖਾਸ ਕਰਕੇ ਵਧੀਆ ਟੋਪ ਸੋਇਲ ਮੰਨੀ ਗਈ ਹੈ, ਉਹ ਤਾਂ ਉਹੀ ਹੈ ਗੋਹਾ ਮਨੂਰ ਵਗੈਰਾ ਜਿਹੜਾ ਹੁੰਦਾ ਹੈਗਾ, ਹੂ ਲਾਈਕਸ ਨੋ ਵਨ। ਪਰ ਸੱਚ ਇਹ ਹੈ ਕੋਈ ਗੋਹੇ ਨੂੰ ਵੇਖੇ, ਕੋਈ ਮਨੂਰ ਨੂੰ ਵੇਖੇ, ਕੋਈ ਗਾਰਬੇਜ ਨੂੰ ਦੇਖੇ ਅਤੇ ਤੁਹਾਨੂੰ ਇਹ ਕਹੇ ਵਟ ਆਰ ਐਕਚੁਲੀ ਸਵੀਟੈਸਟ ਐਪਲ ਸਾਈਕ ਆਈ ਕੈਨ ਸੀ ਓਵਰ ਹੇਅਰ, ਤੁਸੀਂ ਕਹੋਗੇ ਪਾਗਲ ਹੈ। ਤੁਸੀਂ ਇਹ ਕਹੋ, ਕੋਈ ਇਹ ਕਹੇ ਕਿ ਕਿੱਡੇ ਸਵਾਦਿਸ਼ਟ ਇੱਥੇ ਜਿਹੜੇ ਨੇ ਸੰਤਰੇ ਖਿਲਰੇ ਪਏ ਨੇ, ਕਿੰਨੇ ਸਵਾਦਿਸ਼ਟ ਇੱਥੇ ਮਹਿਕਾਂ ਛੱਡਣ ਵਾਲੇ ਸੇਬ ਖਿਲਰੇ ਪਏ ਨੇ ਇੱਥੇ, ਜਾਂ ਫੁੱਲ ਇੱਥੇ ਖਿਲਰੇ ਪਏ ਨੇ। ਤੁਸੀਂ ਕਹੋਗੇ ਪਾਗਲ ਹੈ, ਤੂੰ ਸੜਹਾਂਗ ਆ ਰਹੀ ਹੈ, ਬਦਬੋ ਆ ਰਹੀ ਹੈ, ਖੜ੍ਹੇ ਹੋਣ ਨੂੰ ਜੀਅ ਨਹੀਂ ਕਰਦਾ, ਇੰਨੀ ਇਸ ਮਨੂਰ ਵਿੱਚੋਂ ਮੁਸ਼ਕ ਆਉਂਦੀ ਹੈ। ਬਿਲਕੁਲ ਠੀਕ ਹੈ, ਉਸੇ ਮਨੂਰ ਦੇ ਵਿੱਚ ਸੰਤਰੇ ਦੇ ਬੀਜ ਬੀਜਦੇ, ਐਪਲ ਦੇ ਬੀਜ ਬੀਜਦੇ, ਫੁੱਲਾਂ ਦੇ ਬੀਜ ਬੀਜਦੇ ਹੋ। ਜਿੰਨੀ ਰੂੜੀ ਵੱਧ ਸੜਹਾਂਦ ਮਾਰ ਰਹੀ ਹੈ, ਗਾਰਬੇਜ ਲੱਗ ਰਹੀ ਹੈ, ਉਤਨੇ ਵਧੀਆ ਉੱਥੇ ਫੁੱਲ ਖਿੜਨਗੇ, ਉਤਨੇ ਵਧੀਆ ਉੱਥੇ ਸੇਬ ਉੱਗਣਗੇ, ਸੰਤਰੇ ਉੱਗਣਗੇ। ਹੁਣ ਸਰਕਮ ਸਾਂਸਿਸ ਅਸੀਂ ਇੰਟਰਪ੍ਰਿਟੇਸ਼ਨ 'ਚ ਲੈ ਕੇ ਜਾਂਦੇ ਹਾਂ। ਦੇਖੋ ਮੈਨੂੰ ਕਈ ਵਾਰ ਜੀਵਨ 'ਚ ਵਿਚਰਦਿਆਂ ਵਿਚਰਦਿਆਂ ਚੀਜ਼ਾਂ ਮਿਲਦੀਆਂ ਨੇ। ਮੈਂ ਕਾਫੀ ਸਾਲ ਪਹਿਲਾਂ ਸਿਆਟਲ ਸੀਗਾ ਅਤੇ ਉੱਥੇ ਬਾਏ ਚਾਂਸ ਮੈਂ ਜਿਹੜਾ ਮਾਈਕਰੋਸੋਫਟ ਵਾਲਿਆਂ ਦਾ ਉਹ ਸਾਰਾ ਵਰਲਡ ਆ ਮੈਂ ਦੇਖਣ ਚੱਲਾ ਗਿਆ, ਮੁੰਡੇ ਕੁਝ ਲੈ ਗਏ ਮੈਨੂੰ ਨਾਲ, ਭਾਈ ਚੱਲ ਤੁਹਾਨੂੰ ਦਿਖਾ ਕੇ ਲਿਆਉਂਦੇ। ਉੱਥੇ ਮੈਨੂੰ ਇੱਕ ਇੰਡੀਆ ਦਾ ਬੱਚਾ ਮਿਲਿਆ, ਬਹੁਤ ਬਹੁਤ ਵੱਡੇ ਲੈਵਲ 'ਤੇ ਉੱਥੇ ਤੁਹਾਨੂੰ ਜਿਹੜਾ ਹੈਗਾ ਸਾਊਥ ਏਸ਼ੀਅਨ ਬੱਚੇ ਮਿਲ ਜਾਂਦੇ ਨੇ, ਅਫਰੀਕਨ ਸਾਊਥ ਏਸ਼ੀਅਨ ਬੱਚੇ ਬਹੁਤ ਮਿਲਦੇ ਨੇ ਉੱਥੇ। ਤੋ ਮਿਲਿਆ ਤੋ ਗੱਲਬਾਤ ਹੋਣ ਲੱਗੀ, ਤੋ ਨੇ ਜਿਸ ਤਰ੍ਹਾਂ ਬੋਲਿਆ ਤੋ ਉਹਦੀ ਜਿਹੜੀ
ਬੋਲਣ ਦੀ ਪੱਧਤੀ ਸੀਗੀ ਜਾਂ ਸ਼ੈਲੀ ਸੀਗੀ ਜਦੋਂ ਉਹਨੇ ਹਿੰਦੀ ਬੋਲੀ ਤਾਂ ਉਹਦੇ 'ਚ ਭੋਜਪੁਰੀ ਦਾ ਰੰਗ ਸੀਗਾ ਅਤੇ ਮੈਂ ਰਾਈਟਰ ਪਛਾਣ ਲਿਆ ਕਿ ਬਿਹਾਰ ਤੋਂ ਹੈਗਾ। ਮੈਂ ਉਹਨੂੰ ਪੁੱਛ ਰਿਹਾ ਵੀ ਕੌਣ ਜ਼ਿਲ੍ਹੇ ਸੇ ਹੋ, ਅਤੇ ਉਹ ਕਹਿੰਦਾ ਮਧੇਪੁਰਾ। ਬਹੁਤ ਪਛੜਿਆ ਇਲਾਕਾ, ਕੋਸੀ ਦਰਿਆ ਦਾ ਮਾਰਿਆ ਹੋਇਆ ਬੜਾ। ਹੁਣ ਉਹ ਬੰਦੇ ਨੂੰ ਜਜਮੈਂਟਲ ਨਹੀਂ ਹੋਣਾ ਚਾਹੀਦਾ, ਪਰ ਨੋ ਡਾਊਟ ਹਿਊਮਨ ਬੀਇੰਗ ਆ, ਜਜਮੈਂਟਲ ਹੋ ਜਾਂਦੇ ਕਈ ਵਾਰ। ਮੈਂ ਜੱਜ ਕੀਤਾ ਇਹ ਠਾਕਰਾਂ ਦਾ ਮੁੰਡਾ ਹੋਣਾ, ਅਮੀਰ ਉੱਥੇ ਵੱਡੀ ਸਭ ਤੋਂ ਉੱਚੀ ਜਾਤ ਦੇ ਲੋਕ ਨੇ ਜਿਹੜੇ ਜਗੀਰਦਾਰ ਵਗੈਰਾ। ਮੈਂ ਉਹਨੂੰ ਪੁੱਛਿਆ ਮੈਂ ਠਾਕਰ ਹੋ, ਕਹਿੰਦੇ ਨੇ ਕੁਰਮੀ, ਬਹੁਤ ਮੇਰੀ ਜਾਤ ਹੈ। ਉਹ ਜਾਤ ਪਾਤ ਤੇ ਮੰਡ ਮੁਤਾਬਕ ਸਿੱਖੀ, ਅਸੀਂ ਇਸ ਚੀਜ਼ ਨੂੰ ਮੰਨਦੇ ਨਹੀਂ, ਨਾ ਮੰਨਣਾ ਚਾਹੀਦਾ। ਹੁਣ ਉਹ ਜਿਹੜੀ ਬਾਤ ਹੋਈ, ਕਿਹਾ ਗਿਆ ਕਿ ਥੈਂਕ ਯੂ, ਉਹਦੇ 'ਚ ਬਾਤ ਇਹ ਹੋਈ ਕਿ ਮੈਂ ਪੁੱਛਿਆ, ਕਹਿੰਦਾ ਨਹੀਂ ਕੁਰਮੀ ਹੋ। ਮੈਂ ਕਿਹਾ ਠੀਕ ਆ। ਫਿਰ ਮੈਂ ਸੋਚਿਆ, ਮੈਂ ਕਿਹਾ ਕਿਸੇ ਨਾ ਐਕਚੁਅਲੀ ਗੌਰਮੈਂਟ ਇੰਪਲੋਈ ਦਾ ਬੱਚਾ ਹੋਣਾ, ਕਿਉਂਕਿ ਉਹ ਰਿਜ਼ਰਵੇਸ਼ਨ ਕਰਕੇ ਜੋਬਾਂ ਵਗੈਰਾ ਮਿਲ ਜਾਂਦੀਆਂ, ਅਤੇ ਇਸ ਕਰਕੇ IIT ਤੋਂ ਆਇਆ ਇੱਥੇ, ਅਤੇ ਉਹ ਗੱਲਬਾਤ ਹੋਈ। ਉਹ ਕਹਿੰਦੇ ਨਹੀਂ ਨਹੀਂ ਐਕਚੁਅਲੀ ਮੈਂ ਅਤੇ ਮੇਰਾ ਫਾਦਰ ਜਿਹੜਾ ਹੈਗਾ ਉਹ ਜਿਹੜੇ ਹਲਵਾਈਆਂ ਦੇ ਭਾਂਡੇ ਨਹੀਂ ਮਾਂਜਦੇ ਹੁੰਦੇ, ਹਲਵਾਈ ਆਪ ਨਹੀਂ ਹਲਵਾਈਆਂ ਦੇ ਭਾਂਡੇ ਮਾਂਜਦੇ, ਮਤਲਬ ਬਹੁਤ ਲੋਅਰ ਲੈਵਲ 'ਤੇ ਜੋਬ 'ਤੇ ਕਲਾਸ ਵਿੱਚੋਂ ਆ ਰਿਹਾ। ਕੁਛ ਕਾਫੀ ਗੱਲਾਂ ਹੋਈਆਂ, ਮੈਂ ਉਹਨੂੰ ਬੜਾ ਐਪਰੀਸ਼ੀਏਟ ਕੀਤਾ। ਮੈਂ ਕਿਹਾ ਵੀ ਤੈਨੂੰ ਆਈ ਰੀਅਲੀ ਪ੍ਰਾਊਡ ਆਨ ਯੂ, ਮੈਨੂੰ ਪ੍ਰਾਊਡ ਫੀਲ ਹੋਇਆ ਵੀ ਇਸ ਰੂਪ ਵਿੱਚ ਕਿਸੇ ਬੱਚੇ ਨੇ ਗਰੀਬੀ ਨੂੰ ਹਰਾਇਆ, ਕਿਸੇ ਬੱਚੇ ਨੇ ਜਿਹੜੀ ਹੈ ਜਿਹਨੂੰ ਅਸੀਂ ਅਨਫੋਰਚੁਨੇਟ ਲੈਵਲ ਕਹਿੰਦੇ ਹਾਂ ਉਹਨੂੰ ਪਛਾੜਤਾ। ਦੈਟ ਇਜ਼ ਅਚੀਵਮੈਂਟ, ਇਸ ਤੋਂ ਵੱਡੀ ਅਚੀਵਮੈਂਟ ਕੀ ਹੋਏਗੀ। ਉਹ ਗੱਲਾਂ ਬਾਤਾਂ ਕਰਨ ਲੱਗ ਗਿਆ, ਕਹਿੰਦਾ ਯੂ ਨੋ ਜਿੰਨੇ ਅਸੀਂ ਫੋਰਚੂਨ ਸੀਗੇ ਜਾਂ ਜਿੰਨੇ ਅਸੀਂ ਲੱਕੀ ਸੀਗੇ, ਇੰਨੇ ਸਾਡੇ ਬੱਚੇ ਨਹੀਂ ਹੈਗੇ। ਮੈਂ ਉਹਦੀ ਗੱਲ ਸੁਣਦਾ ਅਤੇ ਮੈਂ ਉਹਨੂੰ ਕਹਿ ਰਿਹਾ, ਮੈਂ ਕਿਹਾ ਯੂ ਕਿਡਿੰਗ ਮੀ, ਮਜ਼ਾਕ ਕਰ ਰਿਹਾ ਤੂੰ, ਜਿੰਨੇ ਤੇਰੇ ਬੱਚੇ ਲੱਕੀ ਨੇ ਤਾਂ ਹੋ ਨਹੀਂ ਸਕਦੇ। ਕਹਿੰਦਾ ਨਾ 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 ਨਾ, ਕਹਿੰਦਾ ਆਪ ਨਹੀਂ ਸਮਝ ਰਹੇ ਸਰਦਾਰ ਜੀ, ਮੈਂ ਆਪਕੋ ਬਤਾਤਾ ਕੀ ਹੋਇਆ। ਕਹਿੰਦਾ ਬਾਤ ਇਹ ਹੈ ਕਿ ਮੈਂ ਬੜੀ ਗਰੀਬੀ 'ਚ ਪੈਦਾ ਹੋਇਆ, ਗੁਰਬਤ 'ਚ, ਪਿੰਡ ਦੇ ਸਕੂਲ 'ਚ ਛੱਪਰਾਂ ਦੇ ਸਕੂਲ ਸੀ, ਉਹਨਾਂ 'ਚ ਪੜ੍ਹਦੇ ਸੀਗੇ, ਬ੍ਰਾਈਟ ਸੀਗਾ, ਟੀਚਰਸ ਨੇ ਕੁਝ ਹੱਲਾਸ਼ੇਰੀ ਦਿੱਤੀ, ਅਤੇ ਇੱਕ ਡ੍ਰੀਮ ਮਿਲਿਆ ਕਿ ਗਾਓਂ ਸੇ ਸ਼ਹਿਰ ਜਾਏਗਾ, ਠੀਕ ਸ਼ਹਿਰ ਚਲੇ ਗਏ, ਸਕਾਲਰਸ਼ਿਪ ਮਿਲੀ ਸ਼ਹਿਰ ਦੇ ਵਿੱਚ, ਜਿਹੜਾ ਹੈਗਾ ਕੁਝ ਪੜ੍ਹਾਈ ਫਿਨਿਸ਼ ਕੀਤੀ। ਅਗਲਾ ਡ੍ਰੀਮ ਆਇਆ, ਨਹੀਂ 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 ਇਹ ਛੋਟਾ ਸ਼ਹਿਰ ਹੈ, ਖੜਗਪੁਰ ਜਾਏਗੇ, ਵੱਡੇ ਸ਼ਹਿਰ ਜਾਵਾਂਗੇ, ਠੀਕ ਉੱਥੇ ਵਾਸਤੇ ਬੜੀ ਤਿਆਰੀ ਕੀਤੀ, ਆਖਿਰਕਾਰ ਜਿਹੜਾ ਹੈਗਾ ਇਗਜ਼ਾਮ ਕਰੈਕ ਕਰ ਗਏ ਅਤੇ IIT ਚਲੇ ਗਏ। ਉੱਥੇ ਗਏ ਤਾਂ ਉੱਥੇ ਸੰਗਤ ਮਿਲੀ, ਉਹਨਾਂ ਕਿਹਾ ਨਹੀਂ ਨਹੀਂ ਵਿਆਹ ਨਹੀਂ ਰਹੇਗਾ, ਅਮੈਰੀਕਾ ਜਾਏਗਾ। ਹੋਰ ਮਿਹਨਤ ਕੀਤੀ, ਕਹਿੰਦਾ ਅਮਰੀਕਾ ਪਹੁੰਚ ਕੇ ਜ਼ਿੰਦਗੀ ਕਾਮਯਾਬ ਹੋ ਗਈ, ਫੋਕਸ ਵਧਿਆ ਸੀ, ਬਣਿਆ ਸੀ ਪੂਰੀ ਤਰ੍ਹਾਂ। ਕਹਿੰਦਾ ਇਹ ਬੱਚੇ ਤੋਂ ਇਹ ਤੋਂ ਬਿਲਕੁਲ ਅਨਲੱਕੀ ਹੈ। ਕਿਉਂ? ਕਹਿੰਦਾ ਇਹਨਾਂ ਤੋਂ ਜਾਣੇ ਕਿਤੇ ਨਹੀਂ, ਇਹਨਾਂ ਦਾ ਫੋਕਸ ਹੀ ਕੋਈ ਨਹੀਂ ਹੈਗਾ। ਵਟ ਐਵਰ ਦੇ ਵਾਂਟ ਦੇ ਹੈਵ, ਵੇਅਰ ਟੂ ਗੋ, ਦੇ ਆਰ ਟੋਟਲੀ ਕਨਫਿਊਜ਼ਡ। ਤੁਸੀਂ ਦੇਖੋ ਚੀਜ਼ਾਂ ਨੂੰ, ਇੰਟਰਪ੍ਰੀਟੇਸ਼ਨ ਦੇਖੋ ਕਿਵੇਂ ਹੁੰਦੀ ਹੈ। ਅਸੀਂ ਕਹਾਂਗੇ ਜਿਹਦੇ ਕੋਲ ਸਾਰੇ ਸਰਕਮਸਟਾਂਸਸ ਨੇ ਉਹ ਬੜਾ ਲੱਕੀ ਹੈ, ਹਕੀਕਤ ਕੀ ਹੈ? ਆਪ ਦੇਖੋਗੇ ਜਿਹੜੀ ਮਿੱਟੀ ਬੜੀ ਵਧੀਆ ਦਿਸੇ, ਬਿਲਕੁਲ ਸਮੈਲ ਨਾ ਛੱਡਦੀ ਹੋਏ ਕੁਛ ਨਾ, ਉਹ ਦੇਖਣ ਨੂੰ ਬੜੀ ਵਧੀਆ ਲੱਗਦੀ ਹੈ, ਪਰ ਉਹ ਮਨੂਰ ਨਹੀਂ ਹੈਗਾ, ਉਹ ਗਾਰਬੇਜ ਨਹੀਂ ਹੈਗਾ। ਰੂੜੀ ਤੋਂ ਬਿਨਾਂ ਬੀਜ ਨਹੀਂ ਉੱਗਦੇ। ਇਸ ਲਈ ਜਿੰਨੇ ਤੁਸੀਂ ਬੜੇ ਜਿਹੜੇ ਹਾਈਲੀ ਜਿਹੜੇ ਲੋਕ ਵੈਲਦੀ ਨੇ, ਅਮੀਰ ਨੇ, ਉਹਨਾਂ ਦੀ ਹਾਲਤ ਦੇਖੋ। ਮੈਂ ਕਈ ਨੂੰ ਅਕਸਰ ਵਾਰਨ ਬਫੇ ਦੀ ਐਗਜ਼ਾਮਪਲ ਕਰਦਾ ਹਾਂ। ਜਦੋਂ ਪੈਸਾ ਆਉਣਾ ਸ਼ੁਰੂ ਹੋਇਆ ਸਟੋਕਸ ਦੇ ਵਿੱਚ, ਉਹ ਇੱਕ ਤਰ੍ਹਾਂ ਦਾ ਬੜਾ ਵੱਡਾ ਜਿਹਨੂੰ ਕਿਹਾ ਜਾਏ ਕਿ ਇੱਕ ਟਾਇਕੂਨ ਹੈ, ਬੜਾ ਵੱਡਾ ਇੱਕ ਮਤਲਬ ਮਾਸਟਰ ਆਪਣੇ ਆਪ 'ਚ ਮੰਨਿਆ ਗਿਆ ਸੀਗਾ। ਅਤੇ ਪੈਸਾ ਆਇਆ ਤਾਂ ਉਹਨੇ ਪੈਸੇ ਨਾਲ ਬੱਚਿਆਂ ਦੀ ਹਾਲਤ ਵਿਗੜਦੀ ਦੇਖੀ। ਉਹ ਕਹਿੰਦਾ ਨਾ 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 ਨਾ, ਪੈਸਾ ਆਏ, ਮੈਨੂੰ ਸ਼ੌਂਕ ਹੈ ਪੈਸਾ ਕਮਾਉਣ ਦਾ, ਠੀਕ ਹੈ, ਪਰ ਇਹਦੀ ਹਵਾ ਬੱਚਿਆਂ ਨੇ ਲੱਗਣ ਲੈਣੀ। ਨਾ 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 ਨਾ, ਇਹ ਤਾਂ ਵਿਚਾਰੇ ਰੁਲ ਜਾਣਗੇ। ਉਹ ਛੋਟੇ ਜਿਹੇ ਉਸੇ ਘਰ 'ਚ ਹੀ ਰਹਿੰਦਾ ਰਿਹਾ, ਬੱਚੇ ਗ੍ਰੇਡ 8 ਕਰ ਰਿਹਾ, ਅਤੇ ਉਹਨਾਂ ਨੂੰ ਜਿਹੜਾ ਹੈਗਾ ਪੇਪਰ ਪਾਉਣ ਦੀ ਜੋਬ 'ਤੇ ਲਾਇਆ। ਉਹ ਜਾਣਦਾ, ਉਹ ਕਹਿਣ ਲੋਕ ਹੱਸਣਗੇ ਸਾਡੇ, ਕਹਿੰਦਾ ਮੈਂ ਜਾਵਾਂਗਾ ਨਾਲ। ਲੋਕਾਂ ਨੇ ਫੋਟੋਆਂ ਖਿੱਚ ਖਿੱਚ ਕੇ ਮੈਗਜ਼ੀਨ ਵਿੱਚ ਲਾਈਆਂ ਉਹਦੀਆਂ ਵੀ ਆਹ ਦੇਖੋ ਕੀ ਕਮਲਾਪਨ ਹੋ ਰਿਹਾ। ਉਹ ਕਹਿੰਦਾ ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ ਹੈ। ਇਹਨਾਂ ਨੂੰ ਜ਼ਿੰਦਗੀ ਜੀਣੀ ਕਿਵੇਂ ਆਏਗੀ ਜੇ ਇਹ ਚੀਜ਼ਾਂ 'ਚੋਂ ਨਾ ਗੁਜ਼ਰੇ ਤੇ?
ਜਿਹੜਾ ਦੁੱਖ ਤਕਲੀਫ ਵੇਦਨ ਪੀੜਾ ਐਕਚੁਅਲ ਲੈਵਲ ਤੇ ਇਹੀ ਸਾਡੀ ਡੈਸਟੀਨੀ ਤੈਅ ਕਰਦੀ ਹੈ। ਜੇ ਚੀਜ਼ ਨਾ ਹੋਏ ਤੇ ਬਾਣੀ ਚ ਕਦੀਆਂ ਬਚਨ ਨਾ ਪੜੀਏ ਅਸੀਂ। ਬਾਣੀ ਚ ਮਹਾਰਾਜ ਜ਼ਿਕਰ ਕਰਦੇ ਕੀਰਤਿਆਂ ਦੁੱਖ ਭੁੱਖ ਸਦਮਾ ਬਾਬਾ ਜੀ ਇਹ ਨਾ ਕਦੀ ਦਈਏ ਤੇ ਨਾ ਦੁੱਖ ਦਈ ਨਾ ਭੁੱਖ ਦਈ ਤੇ ਕਦੀ ਮਾਰ ਪਵੇ ਹੀ ਨਾ ਤੇ ਬਾਬਾ ਜੀ ਕਹਿੰਦੇ ਸਦਾ ਹੀ ਮਾਰ ਪਵੇ ਕੁੱਟ ਪਏ। No one wants that kind of situation. ਪਰ ਬਾਬਾ ਜੀ ਕਹਿੰਦੇ ਨਜ਼ਰ ਬਦਲੀ ਆਪਣੀ ਮੇਰੇ ਨਜ਼ਰ ਨਾਲ ਦੇਖੀ ਕੀਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਦਾਤੇ ਨੂੰ ਕੋਈ ਦਾਤਾ ਤੇਰੀ ਦਾਤ ਆ ਅਸਲ ਦੇ ਵਿੱਚ, ਕਿਉਂਕਿ ਇਸ ਦਾਤ ਦੇ ਜ਼ਰੀਏ ਮੈਨੂੰ ਆਪਣਾ ਆਪਾਂ ਨਿਖਾਰਨ ਦਾ ਪਤਾ ਲੱਗੇਗਾ, ਸਵਾਰਨ ਦਾ ਪਤਾ ਲੱਗੇਗਾ। ਮੈਂ ਬੜੇ ਰੰਗ ਤੁਸੀਂ ਦੇਖਦੇ ਹੋ ਬਚਨ ਫਿਰ ਪੜੋ ਇੱਕ ਵਾਰੀ ਮਹਾਰਾਜ ਜ਼ਿਕਰ ਕਰਦੇ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ। ਜੋ ਮੱਥੇ ਤੇ ਲਿਖਿਆ ਉਹਨੂੰ ਕੋਈ ਮਿਟਾ ਨਹੀਂ ਸਕਦਾ। ਹੁਣ ਇਹਨੂੰ ਇੰਟਰਪ੍ਰੀਟੇਸ਼ਨ ਤੇ ਲੋਕ ਕਈ ਵਾਰ ਕਿਤੇ ਹੋਰ ਲੈ ਜਾਂਦੇ। ਮੈਂ ਲਾਸਟ ਈਅਰ ਸੀਗਾ ਕੈਲਗਰੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ, ਉੱਥੇ ਮੈਨੂੰ ਜਾਣ ਦਾ ਮੌਕਾ ਬਣਿਆ 2 ਦਿਨਾਂ ਲਈ। ਤੇ ਉੱਥੇ ਬੜਾ ਪਿਆਰ ਕਰਨ ਵਾਲੇ ਜੀ ਨੇ ਉੱਥੇ, ਤੇ ਉਹ ਮੈਂ ਸੱਜਣ ਮਿਲੇ ਤੇ ਉਹਨਾਂ ਦੇ ਬੇਟਾ ਯੰਗ ਬੇਟਾ ਤੇ ਉਹ ਲਾਅ ਸਕੂਲ ਕਰਕੇ ਆਇਆ ਫਿਨਿਸ਼, ਅਜੇ ਉਹਨੇ ਸੋਲਿਸਟਰ ਅਤੇ ਬੈਰਿਸਟਰ ਦਾ ਇਗਜ਼ਾਮ ਲਿਖਣਾ। ਮੀਨ ਵਾਈਜ਼ ਬੜਾ ਸ਼ਾਰਪ ਬੱਚਾ ਹੋਏਗਾ ਉਹਨੂੰ ਜਿਹੜੀ ਹੈ ਉੱਥੇ ਕੋਰਟ ਅਟਾਰਨੀ ਨੇ ਆਪਣੇ ਕੋਲ ਜੋਬ ਦੇ ਦਿੱਤੀ। ਜਿਹੜੇ ਸਰਕਾਰੀ ਕੇਸਿਸ ਆਉਂਦੇ ਨੇ ਜਿਹਦੇ 'ਚੋਂ ਖਾਸ ਕਰਕੇ ਜਿਹੜੀ ਲੀਗਲ ਕਲੀਨਿਕ ਬਣੀ ਹੁੰਦੀ ਹੈ ਜਿਹਦੇ 'ਚੋਂ ਲੀਗਲ ਏਡ ਦਿੰਦੇ ਨੇ ਉਹਨਾਂ ਨੂੰ ਉਹ ਫਾਈਨਲਾਈਜ਼ ਕਰਦਾ। ਉਸ ਰੂਪ 'ਚ ਕਾਫੀ ਹਾਈ ਪ੍ਰੋਫਾਈਲ ਜੋਬ ਆ, ਜੇ ਉਹਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਤੇ ਉਹ ਲੈ ਲਈ ਉਹਨੇ ਜੋਬ। ਬੜਾ ਸਮਾਰਟ ਬੱਚਾ ਹੈ, ਔਰ ਉਹ ਸਮਾਰਟ ਹੈ ਪਰ ਉਹਦੇ ਨਾਲ ਨਾਲ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਬੋਦਰ ਵੀ ਕਰਦੀ ਹੈ। ਫੈਮਿਲੀ ਬੜੀ ਧਾਰਮਿਕ ਹੈ, ਧਾਰਮਿਕ ਫੈਮਿਲੀ 'ਚੋਂ ਆਇਆ ਇਸ ਕਰਕੇ ਧਾਰਮਿਕ ਬੈਕਗਰਾਊਂਡ ਹੈ ਉਹਦੇ। ਸਾਨੂੰ ਇਹ ਦਿਖਾਇਆ ਸਿਖਾਇਆ ਗਿਆ ਸਾਨੂੰ ਰੱਬ ਨੇ ਜ਼ਿੰਦਗੀ ਦਿੱਤੀ ਹੈ, ਰੱਬ ਸਭ ਠੀਕ ਕਰੇਗਾ, ਮਾਲਕ ਬੜਾ ਬੇਅੰਤ ਹੈ, ਸਭ ਦੀ ਕੇਅਰ ਕਰਦਾ ਇਸ ਰੂਪ 'ਚ। ਹੁਣ ਉਹ ਜਿਹੜੀ ਜੋਬ 'ਚ ਲੱਗਾ ਉਹਦੇ 'ਚ ਸਾਰੇ ਲੋਕ ਵਲਨਰੇਬਲ ਨੇ, ਜਿਨ੍ਹਾਂ ਨੂੰ ਜਿਹਨਾਂ ਕੋਲ ਪੈਸੇ ਇੰਨੇ ਵੀ ਨਹੀਂ ਹੈਗੇ ਵੀ ਜ਼ਮਾਨਤ ਕਰਾ ਸਕਣ। ਉਹਨਾਂ 'ਚ ਜ਼ਿਆਦਾਤਰ ਹੋਮਲੈਸ ਨੇ ਜਾਂ ਡਰੱਗ ਅਬਿਊਜ਼ਰ ਨੇ ਜਾਂ ਬਿਲਕੁਲ ਉਸ ਕਿਸਮ ਦੇ ਬੜੇ ਵਲਨਰੇਬਲ ਲੋਕ। ਹੁਣ ਉਹਨਾਂ ਲੋਕਾਂ ਨੂੰ ਉਹਨਾਂ ਦੇ ਕੇਸ ਜਿਹੜਾ ਹੈਗਾ ਉਹ ਬਣਾ ਕੇ ਉਸ ਰੂਪ 'ਚ ਕਰਕੇ ਤੇ ਉਹ ਲੀਗਲ ਏਡ ਮੰਗਦਾ ਗੌਰਮੈਂਟ ਕੋਲੋਂ, ਤੇ ਉਹਨਾਂ ਲਈ ਵਕੀਲ ਹਾਇਰ ਕਰਕੇ ਦਵਾਉਣ ਦੀ ਉਹ ਜੋਬ ਮਿਲੀ ਉਹਨੂੰ। ਉਹ ਰੋਜ਼ ਸ਼ਾਮ ਨੂੰ ਆ ਕੇ, ਹੁਣ ਹੋ ਕੀ ਰਿਹਾ ਮਾਂ ਬਾਪ ਬਾਈ ਚਾਂਸ ਮੈਂ ਚਲਾ ਗਿਆ, ਉਹ ਕਹਿੰਦੇ ਸ਼ੁਕਰ ਹੈ ਭਾਈ ਸਾਹਿਬ ਤੁਸੀਂ ਆਇਓ, ਬਾਬੇ ਨੇ ਬੜਾ ਸਮਾਂ ਬਣਾਇਆ, ਅਸੀਂ ਤੇ ਬਲਕਿ ਜੇ ਨਾ ਤੁਸੀਂ ਆਉਂਦੇ ਅਸੀਂ ਤੇ ਤੁਹਾਨੂੰ ਫੋਨ ਕਰਨ ਵਾਲੇ ਸੀਗੇ, ਅਸੀਂ ਸ਼ਾਇਦ ਤੁਹਾਡੇ ਕੋਲ ਆਉਂਦੇ। ਹੋਇਆ ਕੀ, ਕਹਿੰਦੇ ਹਾਲਤ ਬੜੀ ਵਿਗੜੀ ਪਈ ਹੈ। ਹਾਲਤ ਕੀ ਵਿਗੜੀ, ਹਾਲਤ ਇਹ ਵਿਗੜੀ ਹੈ ਕਿ ਇਹ ਰੋਜ਼ ਸ਼ਾਮ ਨੂੰ ਘਰ ਆ ਕੇ ਜਦੋਂ ਗੱਲਬਾਤ ਕਰਦਾ ਹੈ ਕਈ ਦਿਨਾਂ ਦੀ ਡਿਬੇਟ ਤੋਂ ਬਾਅਦ, ਹੁਣ ਇੰਝ ਲੱਗ ਰਿਹਾ ਇਹ ਤੇ ਐਥੀਸਟ ਬਣ ਚੱਲਾ। ਇਹ ਤੇ ਕਹਿੰਦਾ ਕੋਈ ਰੱਬ ਨੀ ਹੈਗਾ, ਹੋਏ ਤੇ ਆ ਲੋਕ ਰੁਲਣ ਨਾ, ਆ ਲੋਕ ਇਸ ਤਰ੍ਹਾਂ ਹੋਣ, ਦੱਸੋ ਕਿੱਥੇ ਆ ਰੱਬ ਤੁਹਾਡਾ ਜੇ ਹੈ ਤੇ। ਕਹਿੰਦਾ ਮੈਂ ਤੇ ਬੜਾ ਸਮਝਦਾ ਕਿ ਬੜਾ ਅਨਜਸਟਿਸ ਕਰਨ ਵਾਲਾ ਹੈਗਾ, ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ। ਉਹ ਖੈਰ ਮੇਰੇ ਨਾਲ ਬਾਤ ਹੋ ਰਹੀ ਹੁਣ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਗੱਲ ਠੀਕ ਹੈ ਤੇਰੀ, ਦੇਖ ਅਸੀਂ ਜਦੋਂ ਛੋਟੀ ਤਸਵੀਰ ਵੇਖਦੇ ਹਾਂ ਬੜੀ, ਤੇ ਸਾਨੂੰ ਲੱਗਦਾ ਕਿ ਬੜੀ ਗਲਤ ਗੱਲ ਹੈ। ਤਸਵੀਰ ਨੂੰ ਥੋੜ੍ਹਾ ਵੱਡਾ ਕਰਕੇ ਵੇਖ, ਜੇ ਵੱਡਾ ਕਰਕੇ ਵੇਖੇਗਾ, ਸਪੋਜ਼ ਕਰੋ, ਮੈਂ ਉਸ ਬੱਚੇ ਦੀ ਐਗਜ਼ਾਮਪਲ ਕੀਤੀ ਮਾਈਕਰੋਸਾਫਟ ਤੋਂ, ਜਦੋਂ ਕਿਤੇ ਉਹ ਬੱਚਾ ਆਪਣੀ ਗਰੀਬੀ 'ਚ ਹੁੰਦਾ ਹੋਣਾ, ਬੜਾ ਕੋਸਦਾ ਹੋਣਾ ਵੀ ਰੱਬਾ ਕੀ ਦਿੱਤਾ ਕੀ ਹੈ ਮੈਨੂੰ, ਬੜਾ ਅੰਦਰ ਗਿਲਾ ਆਉਂਦਾ ਹੋਣਾ ਵੀ ਦੱਸੋ ਕੁਛ ਵੀ ਨਹੀਂ ਮਿਲਿਆ। ਪਰ ਇਹ ਸੱਚ ਆ, ਉਹਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਉਹਨੂੰ ਕਿਸ ਲੈਵਲ ਤੱਕ ਲੈ ਕੇ ਜਾਣਗੀਆਂ। ਉਹਦੇ ਨਾਲ ਹੋਣਗੇ ਇੰਡੀਵਿਜੁਅਲਸ ਜਿਨ੍ਹਾਂ ਨੂੰ ਹੋਰ ਚੀਜ਼ਾਂ ਡਿਸਟਰੈਕਟ ਪੈਦਾ ਕਰ, ਡਿਸਟਰੈਕਸ਼ਨ ਕਰ, ਕ੍ਰੀਏਟ ਕਰਦੀਆਂ ਆਉਣਗੀਆਂ, ਜਿਨ੍ਹਾਂ ਨੂੰ ਕਿਤੇ ਮੂਵੀ ਦੇਖਣ ਦਾ ਸ਼ੌਂਕ ਹੋਣਾ ਹੈ, ਕਿਤੇ ਖਾਣ ਪੀਣ ਦਾ, ਕਿਤੇ ਸੱਜੇ ਖੱਬੇ ਚੱਲੇ ਗਏ, ਕਿਤਾਬਾਂ ਨਾਲ ਬੈਠਣਾ ਚੰਗਾ ਹੀ ਨਹੀਂ ਲੱਗਦਾ ਹੋਣਾ। ਹੁਣ ਇਹ ਸਾਰੀ ਚੀਜ਼ ਨੂੰ ਉਦੋਂ ਤੇ ਨਹੀਂ ਅੰਡਰਸਟੈਂਡ ਕਰ ਰਿਹਾ। ਮੈਂ ਕਿਹਾ ਹੁਣ ਜਦੋਂ ਅਸੀਂ ਇਸ ਲੈਵਲ 'ਤੇ ਦੇਖਦੇ ਹਾਂ ਨਾ, ਸਾਡੇ ਸਮਾਜ ਵਿੱਚ ਤੁਸੀਂ ਬੜੇ ਧਿਆਨ ਨਾਲ ਝਾਤ ਮਾਰ ਕੇ ਦੇਖੋ, ਅਜੇ ਸੋਸਾਇਟੀ ਉਸ ਲੈਵਲ 'ਤੇ, ਸਾਡੀ ਸੋਸਾਇਟੀ, ਮੈਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰ ਰਿਹਾ, ਅਜੇ ਸਾਡੀ ਸੋਸਾਇਟੀ 'ਤੇ ਇੰਨੀ ਅਵੇਅਰ ਨਹੀਂ ਹੈਗੀ, ਪਰ ਸੋਸਾਇਟੀ ਐਟ ਹੋਲ ਨੌਰਥ ਅਮੈਰੀਕਨ ਜਿਹੜੀ ਹੈ ਉਹ ਕਾਫੀ ਅਵੇਅਰ ਹੋ ਰਹੀ ਹੈ। ਹੁਣ ਸਾਡੇ ਫੈਮਿਲੀ ਬਜਟ ਵਿੱਚੋਂ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ ਫੈਮਿਲੀ ਕਾਉਂਸਲਿੰਗ ਵਾਸਤੇ ਜਾਣਾ ਸ਼ੁਰੂ ਹੋ ਚੁੱਕਾ ਹੈ, ਅਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ
ਜਿਨ੍ਹਾਂ ਦੇ ਅੰਦਰ ਖਾਸ ਕਰਕੇ ਸਾਡਾ ਤੁਸੀਂ ਮੇਰੇ ਖਿਆਲ ਇੱਕ ਦੋ ਦਿਨਾਂ ਦੀ ਗੱਲ ਹੀ ਹੈ ਕਿਤੇ ਡੋਮੈਸਟਿਕ ਵਾਇਲੈਂਸ ਦੀ ਇੱਕ ਬੜੀ ਐਬਿਊਸ ਜਿਹੜੀ ਕਰਨ ਵਾਲੀ ਮੂਵੀ ਸਾਡੇ ਇੱਥੋਂ ਕੋਈ ਬੜੀ ਹੋ ਰਹੀ ਹੈ ਆਲੇ ਦੁਆਲੇ ਉਸ ਰੂਪ ਦੇ ਵਿੱਚ। ਕਹਿੰਦੇ ਨੇ ਢਕੀ ਰਿੱਝੇ ਅਤੇ ਕੋਈ ਨਾ ਬੁੱਝੇ, ਬੰਦ ਦਰਵਾਜ਼ਿਆਂ ਦੇ ਪਿੱਛੇ ਹੋ ਰਿਹਾ ਹੋ ਰਿਹਾ, ਦਰਵਾਜ਼ਾ ਖੁੱਲ੍ਹ ਕੇ ਸਟਰੀਟ 'ਤੇ ਆ ਗਿਆ, ਰੌਲਾ ਪੈ ਗਿਆ। ਪਰ ਸੱਚ ਆ, ਇਹ ਘਰ ਘਰ ਦੀ ਲੋੜ ਹੈ, ਚਾਰ ਚੁਫੇਰੇ ਦੀ ਲੋੜ ਹੈ। ਹੁਣ ਇਸ ਲੋੜ ਸਾਰੀ ਨੂੰ ਜਦੋਂ ਤੁਸੀਂ ਉਸ ਲੈਵਲ 'ਤੇ ਦੇਖਦੇ ਹੋ ਅਤੇ ਫਿਰ ਇਹਦੇ 'ਚ ਮਦਦਗਾਰ ਕੌਣ ਹੈ? ਤੁਸੀਂ ਮੋਸਟਲੀ ਜਿਹੜੇ ਸਾਈਕੋਲੋਜੀ ਦੇ ਫੀਲਡ ਵਿੱਚ ਨੇ, ਜਿਹੜੇ ਸੋਸ਼ਲ ਵਰਕ ਦੇ ਫੀਲਡ 'ਚ ਨੇ, ਜਿਹੜੇ ਬੰਦੇ ਈਵਨ ਜਿਹੜੇ ਅਸੀਂ ਜਿਹਨਾਂ ਨੂੰ ਅਸੀਂ ਵੇਖਦੇ ਹੈਗੇ ਹਾਂ ਕਿ ਜਿਹੜੇ ਫਰੰਟ ਲਾਈਨ ਰਿਸਪੋਂਡਰਸ ਹੈਗੇ ਨੇ, ਉਹ ਭਾਵੇਂ ਸੁਸਾਈਡਲ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਹੈਲਪ ਲਾਈਨਸ ਨੇ, ਹੋਰ ਕੋਈ ਡਿਪਰੈਸ਼ਨ ਰਿਲੇਟਡ ਜਿਹੜੀਆਂ ਸਾਰੀਆਂ ਹੋਟ ਲਾਈਨਸ ਨੇ, ਸਾਰੀਆਂ ਦੇ ਵਿੱਚ ਉਹ ਲੋਕ ਨੇ ਜਿਹੜੇ ਇਹਨਾਂ ਸਿਚੁਏਸ਼ਨ ਦੇ ਸਰਵਾਈਵਰ ਨੇ, ਜਿਨ੍ਹਾਂ ਨੂੰ ਕਿਤਾਬਾਂ 'ਚ ਨਹੀਂ ਤਜਰਬਾ ਹੈ, ਨਾ ਨਾ ਨਾ, ਕਿਤਾਬਾਂ ਤੇ ਬਹੁਤ ਬਾਅਦ 'ਚ ਲਿਖੀਆਂ ਜਾਂਦੀਆਂ, ਜਿਹੜੇ ਡੇ ਟੂ ਡੇ ਇਹੋ ਜਿਹੀ ਜ਼ਿੰਦਗੀ ਨਾਲ ਜੀਏ ਸਿੱਝੇ, ਉਹਨਾਂ ਨੇ ਫਿਰ ਹੌਲੀ ਹੌਲੀ ਕਰਕੇ ਚੀਜ਼ਾਂ ਲੈ ਕੇ ਆਉਂਦੀਆਂ। ਸਹੀ ਤਰੀਕੇ ਨਾਲ ਕਿਹਾ ਜਾਏ ਤੇ ਇਹ ਵੀ ਕੁਦਰਤ ਸਿਖਾਉਂਦੀ ਹੈ, ਦੱਸਦੀ ਹੈ ਬਦਲਦੇ ਮਾਹੌਲ ਦੇ ਵਿੱਚ। ਫਿਰ ਮੈਂ ਬੇਨਤੀ ਕਰਾਂਗਾ, ਸਰਕਮਸਟਾਂਸਸ ਬਦਲਦੇ ਨੇ। ਜਦੋਂ ਅਸੀਂ ਨੌਰਥ ਅਮੈਰੀਕਾ, ਸਾਨੂੰ ਬੜਾ ਅਪੀਲ ਕਰਦਾ, ਮੈਨੂੰ ਵੀ ਬੜਾ ਅਪੀਲ ਕਰਦਾ ਸੀ ਇੱਕ ਜ਼ਮਾਨੇ ਦੇ ਵਿੱਚ, ਭੱਜਦੇ ਹਾਂ ਇੱਧਰ ਨੂੰ। ਨੌਰਥ ਅਮੈਰੀਕਾ ਦੀ ਰੀਅਲ ਤਸਵੀਰ ਦੇਖੋ ਕੀ ਹੈ, ਇਹਦੇ 'ਚ ਸਭ ਤੋਂ ਵੱਧ ਸਫਰਿੰਗ ਕਿਹਦੀ ਹੁੰਦੀ ਹੈ, ਸਭ ਤੋਂ ਵੱਧ ਇੱਥੇ ਆ ਕੇ ਵਲਨਰੇਬਲ ਕੌਣ ਹੁੰਦਾ ਹੈਗਾ? ਮੈਂ ਜੇ ਉਹਨੇ ਬਾਤ ਕੀਤੀ, ਮੈਨੂੰ ਕਹਿ ਰਿਹਾ ਇਹ ਲੜਕੇ ਜਿਹੜੇ ਨੇ ਇਹ ਬੜੇ ਵਲਨਰੇਬਲ ਨੇ, ਬੜੇ ਬੱਚੇ ਸਾਡੇ ਜਿਹੜੇ ਨੇ ਇਹ ਬੜੇ ਇੱਥੇ ਜਿਹੜੇ ਨੇ ਇਹਨਾਂ ਇਹ ਬੜੇ ਅਨਲੱਕੀ ਨੇ। ਬਿਲਕੁਲ ਠੀਕ, ਬੱਚੇ ਸਭ ਤੋਂ ਵੱਧ ਇੱਥੇ ਵਲਨਰੇਬਲ ਨੇ। ਉਹਦਾ ਰੀਜ਼ਨ ਇਹ ਹੈ, ਬੱਚੇ ਨੂੰ ਜਿਹੜੀ ਸਭ ਤੋਂ ਵੱਧ ਚੀਜ਼ ਚਾਹੀਦੀ ਹੈ ਉਹ ਪਤਾ ਕੀ ਹੈ? ਮਾਂ। ਮਾਂ ਬੱਚੇ ਦਾ ਗੁਰੂ ਵੀ ਹੈ, ਮਾਂ ਬੱਚੇ ਦਾ ਟੀਚਰ ਵੀ ਹੈ, ਮਾਂ ਬੱਚੇ ਦਾ ਸਭ ਕੁਛ ਹੀ ਹੈ, ਮਾਂ ਬੱਚੇ ਦਾ ਰੱਬ ਹੈ। ਮਾਂ ਨੇ ਸਿਖਾਉਣਾ ਉਹੀ ਅੰਦਰ ਜਾਣਾ, ਮਾਂ ਨਹੀਂ ਆਪਣੀ ਬੋਲੀ ਜ਼ਬਾਨ ਕਲਚਰ ਆਪਣੇ ਦੁੱਧ ਨਾਲ ਖੋਰ ਕੇ ਉਹਦੇ 'ਚ ਪਾ ਦੇਣਾ, ਇਹ ਸੱਚਾਈ ਹੈ। ਜਦੋਂ ਇਸ ਕਲਚਰ 'ਚ ਅਸੀਂ ਦੇਖਦੇ ਹਾਂ ਘਰਾਂ 'ਚੋਂ ਮਾਂ ਨਦਾਰਤ ਹੈ, ਕਿਉਂ? ਕਿਉਂਕਿ ਘਰ ਦੇ 'ਚ ਦੋ ਬਾਪ ਹੋ ਗਏ ਨੇ, ਬਾਪ ਕਮਾਉਣ ਵਾਲੇ ਬ੍ਰੈਡ ਵਿਨਰ, ਮਾਂ ਗਾਇਬ ਹੋ ਗਈ। ਈਵਨ ਮੈਂ ਤੇ ਜਦੋਂ ਏਨਸ਼ੀਅੰਟ ਵਿਜ਼ਡਮ ਪੜ੍ਹਦਾ ਸਾਰੀ, ਕੁਛ ਕਿਹਾ ਜਾਂਦਾ ਹੈ ਬੱਚੇ ਨੂੰ ਮਾਂ ਹੋਲਡ ਕਿਵੇਂ ਕਰਦੀ ਹੈ, ਉਹਦੀ ਸਨਗਲਿੰਗ, ਉਹਦੀ ਕਡਲਿੰਗ, ਉਹਦਾ ਸਾਰਾ ਕੁਛ, ਈਚ ਐਂਡ ਐਵਰੀਥਿੰਗ ਮੈਟਰਸ, ਇੱਕ ਇੱਕ ਚੀਜ਼ ਜਿਵੇਂ ਉਹ ਹੋਲਡ ਕਰਦੀ ਹੈ, ਬੱਚੇ ਦੀ ਉਸੇ ਤਰੀਕੇ ਦੀ ਮੈਂਟਲ ਹੈਲਥ ਡਿਵੈਲਪ ਹੁੰਦੀ ਹੈ, ਜਿਵੇਂ ਉਹ ਸਨਗਲਿੰਗ ਕਰਦੀ ਉਹਦੇ ਨਾਲ, ਜਿਵੇਂ ਉਹਨੂੰ ਉਸ ਜੇ ਜਿਸ ਉਸ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਹੁਣ ਇਹ ਸਭ ਇਸ ਸੁਸਾਇਟੀ 'ਚ ਆਪ ਦੇਖੋਗੇ, ਹੁਣ ਹੋਮਲੈਸ ਇਸ ਸੁਸਾਇਟੀ 'ਚ ਕਿਵੇਂ ਕੋਈ ਹੋ ਸਕਦਾ? ਟਰਾਈ ਟੂ ਥਿੰਕ ਅਬਾਊਟ ਇਟ। ਇੱਥੇ ਤੇ 20,000 ਜਿਹੜਾ ਹੈਗਾ, 10,000, 5,000 ਉਸ ਰੂਪ ਵਿੱਚ ਜਿਹੜਾ ਹੈਗਾ ਲੋਕ ਡਾਲਰ ਖਰਚ ਕੇ ਜਾਂ ਪੈਸਾ ਖਰਚ ਕੇ ਇਸ ਤਰੀਕੇ ਨਾਲ ਅਤੇ ਇੱਧਰ ਨੂੰ ਭੱਜਦੇ ਨੇ ਅਤੇ ਆ ਕੇ ਇੱਥੇ ਕਰਜ਼ਾ ਚੁੱਕ ਕੇ ਆ ਕੇ ਇੱਥੇ ਉਹ ਕਰਜ਼ਾ ਲਾਉਂਦੇ ਨੇ, ਫਿਰ ਇੱਥੇ ਸਟੈਬਲਿਸ਼ ਹੁੰਦੇ ਨੇ ਅਤੇ ਬੜੇ ਵੈਲ ਸਟੈਬਲਿਸ਼ ਹੁੰਦੇ ਨੇ। ਇੱਥੇ ਫਿਰ ਲੋਕ ਫਿਰ ਹੋਮਲੈਸ ਕਿਵੇਂ ਹੋ ਗਏ? ਕਿਤੇ ਨਾ ਕਿਤੇ ਅਪਬ੍ਰਿੰਗਿੰਗ ਦੇ ਵਿੱਚ, ਕਿਤੇ ਨਾ ਕਿਤੇ ਵਾਇਰਿੰਗ ਦੇ ਵਿੱਚ, ਕਿਤੇ ਨਾ ਕਿਤੇ ਸੋਚ ਦੇ ਲੈਵਲ ਦੇ ਵਿੱਚ, ਮੱਥਾ ਜੋ ਲਿਖਿਆਸ, ਇਹਨੂੰ ਰਿਐਲਿਟੀ 'ਚ ਅੰਡਰਸਟੈਂਡ ਕਰੋ। ਜਿਸ ਸਮਾਜ ਸੁਸਾਇਟੀ ਜਿੱਥੇ ਰਹਿੰਦੇ ਹਾਂ ਉਹਦੇ ਵਿੱਚੋਂ ਸਹੀ ਰੂਪ ਵਿੱਚ ਚੀਜ਼ਾਂ ਨੂੰ ਸਹੀ ਪਰਿਪੇਖ ਵਿੱਚ ਵੇਖੋ। ਮੈਂ ਬੱਚਿਆਂ ਨੂੰ ਕਹਿੰਦਾ ਵਾਂ, ਦੇਖੋ ਕੱਲ੍ਹ ਨਾਮ ਕਾਲ ਦਾ ਹੈ, ਪਤਾ ਨਹੀਂ ਕਿਹਦੇ ਨਾਲ ਕੀ ਵਾਪਰਨਾ ਅਤੇ ਮਾਲਕ ਜਾਣਦਾ ਹੈ, ਕੋਈ ਦਾਅਵਾ ਨਹੀਂ ਗਾ। ਬਾਣੀ ਕਹਿੰਦੀ ਦਾਅਵਾ ਦਾਜਨ ਹੋਤਾ ਹੈ, ਕੋਈ ਬੰਦਾ ਹੱਥ ਖੜਾ ਕਰਕੇ ਨਹੀਂ ਕਹਿੰਦਾ ਆਮ ਪਰਫੈਕਟ ਐਂਡ ਆਮ ਗੋਨਾ ਮੇਕ ਐਵਰੀਥਿੰਗ ਪਰਫੈਕਟ, ਨੋ, ਹੂ ਨੋਸ, ਕੌਣ ਜਾਣਦਾ। ਇੱਥੇ ਤੇ ਭਗਤ ਫਰੀਦ ਜੀ ਦੀ ਆਈਡੀਅਲ ਤਸਵੀਰ ਸਾਨੂੰ ਹਰ ਵਕਤ ਦਿਮਾਗ 'ਚ ਰੱਖਣੀ ਚਾਹੀਦੀ ਹੈ, ਜਿਹੜਾ ਉਹ ਸ਼ਬਦ ਬਾਣੀ 'ਚ ਅਸੀਂ ਕਈ ਵਾਰੀ ਪੜ੍ਹਦੇ ਹਾਂ ਨਾ, ਵੀ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ,
ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਕੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸਾ ਗੱਲ ਨੀ ਰੱਬ ਕੀਆਂ। ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਬਗੁਲਾ ਇੱਕ ਐਸਾ ਜਾਨਵਰ ਆ, ਇਤਨਾ ਸ਼ਾਤਰ, ਇਤਨਾ ਚਲਾਕ ਤੇ ਇਤਨਾ ਭੁਲੇਖਾ ਪਾਉਣ ਵਾਲਾ, ਬਗਲੇ ਨੂੰ ਵੇਖ ਕੇ ਕੋਈ ਵੇਖ ਕੇ ਗੱਲ ਕਹਿ ਨਹੀਂ ਸਕਦਾ, ਦੁਨੀਆਂ ਦਾ ਸਭ ਤੋਂ ਕਰੂਰ ਜਾਨਵਰ ਹੈ। ਤੁਸੀਂ ਵੀ ਨਹੀਂ ਕਹਿ ਸਕੋ, ਆਪ ਦੇਖੋਗੇ ਦੁਨੀਆਂ ਦੇ ਮੋਸਟਲੀ ਜਿਹੜੇ ਜਾਨਵਰ ਨੇ, ਜਦੋਂ ਉਹ ਆਪਣੇ ਪ੍ਰੈਡੇਟਰਸ ਨੂੰ ਮਾਰਦੇ ਨੇ ਉਸ ਰੂਪ ਦੇ ਵਿੱਚ, ਆਪਣੇ ਆਪ ਜਿਹੜਾ ਹੈਗਾ ਉਸ ਰੂਪ ਵਿੱਚ ਉਹ ਸ਼ਿਕਾਰ ਕਰਦੇ ਨੇ ਉਹਨਾਂ ਦਾ, ਤੇ ਉਹ ਕਿਵੇਂ ਕਰਦੇ ਨੇ? ਪਹਿਲਾਂ ਉਹਨਾਂ ਨੂੰ ਮਾਰ ਕੇ ਫਿਰ ਖਾਣਾ ਸ਼ੁਰੂ ਕਰਦੇ ਨੇ। ਬਗਲਾ ਵਹਿਦ ਇੱਕ ਐਸਾ ਜਾਨਵਰ ਆ, ਉਹ ਫੜਦਾ ਤੇ ਫੜ ਕੇ ਮਾਰਦਾ ਨਹੀਂ, ਜਿਉਂਦਿਆਂ ਨੂੰ ਨੋਚ ਨੋਚ ਕੇ ਖਾਂਦਾ, ਡੱਡੀਆਂ ਨੂੰ, ਮੱਛੀਆਂ ਨੂੰ, ਤੜਪਦੇ ਨੇ ਉਹ ਖਾਂਦਾ, ਉਹਦੇ ਤਰਸਦਾ ਮਾਰਦਾ ਨਹੀਂ ਉਹਦੇ ਚ ਬਿਲਕੁਲ ਵੀ ਨਾ, ਸਿੱਧਾ ਹੀ ਟੁੱਕ ਟੁੱਕ ਕੇ ਖਾਂਦਾ ਇਸ ਰੂਪ ਦੇ ਵਿੱਚ। ਕੈਸਾ ਜਾਨਵਰ ਹੋਏਗਾ! ਫਿਰ ਇਹ ਹੈ ਇਤਨਾ ਚਲਾਕ ਆ, ਪਾਣੀ ਦੇ ਵਿੱਚ ਖੜਾ ਹੋ ਜਾਂਦਾ ਇੱਕ ਲੱਤ ਤੇ, ਦੂਜੀ ਲੱਤ ਨਹੀਂ ਲਾਉਂਦਾ ਥੱਲੇ, ਇੱਕ ਲੱਤ ਦੇ ਉੱਤੇ। ਉਹਦਾ ਕਾਰਨ, ਕਿਉਂਕਿ ਜਿਹੜੀਆਂ ਮੱਛੀਆਂ ਆਲੇ ਦੁਆਲੇ ਉਹਦਾ ਹੈਬੀਟੈਟ ਆ ਪਾਣੀ ਦੇ ਜਿਹੜਾ ਤੁਰਿਆ ਫਿਰਦਾ, ਉਹ ਭੁਲੇਖਾ ਖਾ ਦੇਗਾ। ਵੀ ਇਹ ਨਾ ਕੋਈ ਸਿੱਧਾ ਇੱਕ ਜਸਟ ਕੋਈ ਪਾਣੀ ਚ ਲੱਗੀ ਹੋਈ ਸਟਿੱਕ ਹੋਣੀ, ਡੱਕਾ ਜੇ ਦੋ ਪੈਰ ਹੋਣ ਤਾਂ ਉਹਨੂੰ ਪਤਾ ਕੋਈ ਜਾਨਵਰ ਆ, ਇੱਕ ਪੈਰ ਇੱਕੋ ਲੱਤ ਦੱਸ, ਉਹ ਥੱਲੜਾ ਪਹੁੰਚਾ ਗਾਰੇ ਚ ਭਰ ਜਾਂਦਾ ਤੇ ਉਹ ਕੱਲਾ ਜਿਹੜਾ ਸਟਿੱਕ ਖੜੀ ਇਸ ਤਰੀਕੇ ਨਾਲ, ਉਹ ਕਾਫੀ ਦੇਰ ਬਾਅਦ ਕੋਈ ਮੂਵਮੈਂਟ ਨਹੀਂ ਹੁੰਦੀ, ਹਿਲਦਾ ਨਹੀਂ, ਉਹਨਾਂ ਨੂੰ ਲੱਗਦਾ ਕੁਛ ਨੀ, ਵੀ ਆਰ ਸਿਕਿਓਰ ਨਾਓ, ਕੋਲ ਕਲੋਜ਼ ਬਾਈ ਜਦੋਂ ਜਾਂਦੇ ਨੇ ਨਾਲ ਹੀ ਛੱਡ ਲੈਂਦੇ। ਕਿੰਨਾ ਚਲਾਕ ਜਾਨਵਰ ਹੈ ਦੇਖੋ ਤੁਸੀਂ! ਫਿਰ ਫੜ ਕੇ ਡੱਡੂ ਤੇ ਮੱਛੀ ਨੂੰ ਫੜ ਕੇ ਖਾ ਖਾ ਕੇ ਰੱਜ ਜਾਂਦਾ, ਰੱਜਣ ਤੋਂ ਬਾਅਦ ਅੱਖਾਂ ਨਹੀਂ ਭਰਦੀਆਂ, ਫਿਰ ਫੜ ਲੈਂਦਾ, ਫੜ ਕੇ ਫਿਰ ਕੀ ਕਰਦਾ? ਫਿਰ ਕਲੋਲ ਕਰਦਾ, ਖੇਡਦਾ ਉਹਨਾਂ ਦੇ ਨਾਲ, ਖੇਡਦਾ ਕਿਵੇਂ? ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰਦਾ ਇਸ ਤਰੀਕੇ ਨਾਲ, ਡੱਡੂ ਨੂੰ ਉਛਾਲਦਾ ਉੱਪਰ ਹਵਾ ਦੇ ਚ, ਜਦੋਂ ਡਿੱਗਦਾ ਥੱਲੇ ਉਹਨੂੰ ਚੁੰਝ ਨਾਲ ਜੁੱਪਦਾ, ਕਈ ਵਾਰੀ ਜੁੱਪ ਲੈਂਦਾ, ਕਈ ਵਾਰੀ ਥੱਲੇ ਡਿੱਗ ਜਾਂਦਾ, ਫਿਰ ਫੜ ਲੈਂਦਾ। ਕਲੇਲਾ ਇਸ ਤਰੀਕੇ ਦੀਆਂ ਕਲੋਲਾਂ ਕਰ ਰਿਹਾ, ਖੇਡਾਂ ਖੇਡ ਰਿਹਾ, ਤੁਹਾਨੂੰ ਲੱਗਦਾ ਹੈ ਮੇਰੇ ਆਸਰੇ ਨੇ ਸਾਰੇ ਜਾਨਵਰ, ਮੈਂ ਚਾਹਾਂ ਤੇ ਮਾਰਦਾ, ਮੈਂ ਚਾਹਾਂ ਤੇ ਛੱਡ ਦਿਆਂ। ਇੰਨਾ ਨਹੀਂ ਪਤਾ ਇੱਕ ਕੁਦਰਤ ਦਾ ਵੱਡਾ ਕਾਲ ਤੇਰੇ ਸਿਰ ਤੇ ਤੁਰਿਆ ਫਿਰਦਾ ਹੈ। ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ, ਅਸਮਾਨ ਤੇ ਬਾਜ ਉੱਡ ਰਿਹਾ, ਉਹਨੂੰ ਲੱਗਦਾ ਵੀ ਕਿਆ ਪਲਿਆ ਹੋਇਆ ਬਗਲਾ, ਅੱਜ ਇਹਦਾ ਹੀ ਸ਼ਿਕਾਰ ਕਰਨਾ ਹੈਗਾ। ਉਹਨੂੰ ਕੋਈ ਪਤਾ ਨਹੀਂ, ਉਹ ਸੋਚ ਰਿਹਾ ਵੀ ਹਾਂ ਮੈਂ ਤੇ ਐਕਚੁਲੀ ਆਪਣੇ ਆਪ ਦੇ ਵਿੱਚ ਹੈਗਾ। ਉਸੇ ਫਿਰ ਬਗਲੇ ਨੂੰ ਅਚਿੰਤੇ ਬਾਜ ਪਏ, ਬਾਜ ਕਿੱਥੋਂ ਪਏ ਜੀ? ਬਾਜ ਪਏ ਤਿਸ ਰੱਬ ਕੇ ਕੇਲਾਂ ਵਿਸਰੀਆਂ, ਫਿਰ ਸਭ ਕਲੋਲਾਂ ਵਿਸਰ ਜਾਂਦੀਆਂ, ਜੋ ਮਨ ਚਿਤ ਨਾ ਚੇਤੇ ਸੰਸਾ ਗੱਲ ਨੀ ਰੱਬ ਕੀਆਂ। ਰੱਬ ਦੀਆਂ ਗੱਲਾਂ ਦਾ ਕੋਈ ਪਤਾ ਨਹੀਂ, ਅੱਜ ਕੀ ਹੋ ਰਿਹਾ, ਕੱਲ ਕੀ ਹੋਏਗਾ, ਹੂ ਨੋਸ, ਕੋਈ ਨਹੀਂ ਜਾਣਦਾ। ਪਰ ਇਹ ਚੀਜ਼ ਆ, ਕੁਝ ਯੂਨੀਵਰਸਲ ਲਾਜ਼ ਨੇ, ਉਹਨਾਂ ਨੂੰ ਫੋਲੋ ਕਰਨਾ ਬੜਾ ਜ਼ਰੂਰੀ ਬਣਦਾ ਹੈ। ਜਿਨ੍ਹਾਂ ਸਮਾਜਾਂ 'ਚ ਅਸੀਂ ਰਹਿ ਰਹੇ ਹਾਂ, ਇਹਨਾਂ ਸਮਾਜਾਂ ਦੀ ਜਿਹੜੀ ਬਹਿਰੂਨੀ ਚਮਕ ਹੈ ਸਾਰੇ ਦੀ ਸਾਰੀ, ਇਹ ਬਹਿਰੂਨੀ ਚਮਕ ਅੱਖਾਂ ਚੁੰਦਿਆ ਦਿੰਦੀ ਹੈ, ਤਿਲਸਮ ਪੈਦਾ ਕਰ ਦਿੰਦੀ ਹੈ। ਅਤੇ ਜਦੋਂ ਉਸ ਰੂਪ ਦੇ 'ਚ ਅੱਖਾਂ ਚੁੰਦਿਆ ਜਾਂਦੀਆਂ ਨੇ, ਤਿਲਸਮ ਪੈਦਾ ਹੋ ਜਾਂਦਾ ਹੈਗਾ, ਬੰਦਾ ਜਿਹੜੀਆਂ ਰੀਅਲ ਹਿਊਮਨ ਡਿਊਟੀਜ਼ ਨੇ ਉਹ ਭੁੱਲ ਜਾਂਦਾ ਹੈ। ਉੱਥੋਂ ਫਿਰ ਇਹ ਵਲਨਰੇਬਲ ਸਿਚੁਏਸ਼ਨ ਬਣਦੀ ਹੈ। ਇੱਥੋਂ ਫਿਰ ਚੈਰੀਟੇਬਲ ਵਰਕ ਤੇ ਹੁੰਦੇ ਨੇ, ਬੜੇ ਬੜੇ ਕੰਮ ਹੁੰਦੇ ਇਸ ਤਰੀਕੇ ਦੇ ਨਾਲ, ਪਰ ਸਮਾਜ ਦਾ ਇੱਕ ਵੱਡਾ ਹਿੱਸਾ ਲਗਾਤਾਰ ਨਰਕ ਭੋਗਣ ਵਾਲੇ ਪਾਸੇ ਵੱਧਦਾ ਹੈਗਾ। ਤੁਸੀਂ ਚਾਈਲਡ ਕੇਅਰ ਸੁਸਾਇਟੀਜ਼ ਵਿੱਚ ਹਾਲ ਦੇਖੋ ਜਾ ਕੇ, ਤੁਸੀਂ ਜਿਹੜੀ ਖਾਸ ਕਰਕੇ ਫੋਸਟਰ ਕੇਅਰ ਵਿੱਚ ਜਾ ਕੇ ਦੇਖੋ ਤੁਸੀਂ ਕੀ ਹਾਲ ਆ, ਤੁਸੀਂ ਹੋਮਲੈਸ ਕਮਿਊਨਿਟੀ ਦਾ ਹਾਲ ਦੇਖੋ ਜਾ ਕੇ, ਹੁਣ ਇਹ ਸਾਰਾ ਕੁਝ ਇਸ ਰੂਪ ਵਿੱਚ ਨਜ਼ਰਿਆਬ ਹੁੰਦਾ ਹੈ। ਇੱਥੇ ਜਾ ਕੇ ਮੈਂ ਬੱਚਿਆਂ ਨੂੰ ਕਹਿੰਦਾ, ਤੁਸੀਂ ਡਿਸੀਜ਼ਨ ਬਣਾਓ ਆਪਣੇ, ਤੁਹਾਨੂੰ ਕੋਈ ਨਹੀਂ ਰੋਕਦਾ। ਤੁਸੀਂ ਨਸ਼ਾ ਕਰਨਾ, ਡਰੱਗ ਕਰਨੀ, ਸ਼ਰਾਬ ਪੀਣੀ, ਨਾਈਟ ਕਲੱਬਾਂ 'ਚ ਜਾਣਾ, ਗੋ ਅਹੈਡ, ਬਟ ਮੇਕ ਇਨਫੋਰਮਡ ਡਿਸੀਜ਼ਨਸ, ਨੋਟ ਇਨਫਲੂਐਂਸ਼ੀਅਲ ਡਿਸੀਜ਼ਨਸ। ਕਿਸੇ ਦੇ ਇਨਫਲੂਐਂਸ ਵਿੱਚ ਆ ਕੇ ਡਿਸੀਜ਼ਨ ਨਾ ਬਣਾਇਆ ਜੇ, ਆਪ ਬਣਾਇਆ ਜੇ, ਸੋਚ ਕੇ ਬਣਾਇਆ ਜੇ ਇਹਦਾ ਐਂਡ ਕੀ ਹੋਏਗਾ। ਜਾਓ ਕਸੀਨੋ, ਕਰੋ ਪਲੇ ਜਿੰਨਾ ਕਰਨਾ, ਪਰ ਐਂਡ ਦੇ ਉੱਤੇ ਥੋੜ੍ਹਾ ਜਿਹਾ ਪੜ੍ਹ ਕੇ ਦੇਖਿਆ ਜੇ, ਅੱਜ ਤੱਕ ਕਸੀਨੋ ਤੋਂ ਪੈਸੇ ਕਮਾ ਕੇ ਅਮੀਰ ਹੋ ਕੇ ਧਰਤੀ ਤੇ ਕਿਹੜੇ ਬੰਦੇ ਨੇ ਜ਼ਿੰਦਗੀ ਜੀ ਹੈ? ਇਹ ਮਾਈਂਡ ਪੜ੍ਹ ਕੇ ਜਾਇਆ ਜੇ, ਪਲੀਜ਼ ਗੋ ਅਹੈਡ, ਕਰਿਓ ਡਰੱਗ ਜਿੰਨਾ ਚਾਹੀਦਾ, ਪਰ ਐਂਡ ਦੇਖਿਓ, ਜਿਹੜਾ ਮਰਜ਼ੀ ਡਰੱਗ ਜਿੱਥੋਂ ਮਰਜ਼ੀ ਸ਼ੁਰੂ ਕਰੋ,
ਉਹਦੀ ਐਂਡ ਐਕਚੁਅਲੀ ਕਿੱਥੇ ਜਾ ਕੇ ਹੁੰਦੀ ਹੈ? ਡਿਪੈਂਡੈਂਸੀ ਕ੍ਰੀਏਟ ਹੁੰਦੀ ਹੈ, ਬੰਦਾ ਅਡਿਕਟ ਬਣਦਾ, ਅਡਿਕਸ਼ਨ ਆਉਂਦੀ ਹੈ, ਅਲਟੀਮੇਟ ਕੀ ਹੈ, ਅਖੀਰ ਬੰਦਾ ਹੋਮਲੈਸ, ਸਭ ਕੁਝ ਬਰਬਾਦ ਤੇ ਤਬਾਹ ਕਰ ਲੈਂਦਾ ਹੈ। ਮਹਾਰਾਜ ਨੇ ਜਿਹੜਾ ਬਚਨ ਲਿਖਿਆ ਨਾ ਬਾਣੀ ਦੇ ਵਿੱਚ, ਬਾਣੀ ਕਹਿੰਦੀ ਹੈ ਡੈਸਟਨੀ ਤੈਅ, ਇਹਨੂੰ ਕੋਈ ਨਹੀਂ ਮੇਟ ਸਕਦਾ, ਪਰ ਇਹ ਡੈਸਟਨੀ ਸਾਨੂੰ ਆਪ ਕਰਤਾਰ ਦੀ ਕੁਦਰਤ ਵਿੱਚ ਵੇਖਦਿਆਂ ਹੋਇਆਂ ਅਸੀਂ ਬਣਾਉਂਦੇ ਹਾਂ ਤੇ ਉਹਦੇ ਵੱਲ ਨੂੰ ਆਪਣੇ ਪੈਰ ਪੁੱਟਦੇ ਹਾਂ। ਕੁਦਰਤ ਸਾਨੂੰ ਸਭ ਨਜ਼ਾਰਾ ਸਿੱਧੇ ਤੌਰ ਤੇ ਵਿਖਾ ਰਹੀ ਹੁੰਦੀ ਹੈ। ਮੈਂ ਬਹੁਤ ਵਾਰੀ ਐਗਜ਼ਾਮਪਲ ਕੀਤੀ ਹੈ, ਐਗਜ਼ਾਮਪਲ ਕਰਕੇ ਫਿਰ ਵਾਈਂਡ ਅਪ ਕਰ ਦੇਣਾ, ਕਿਉਂਕਿ ਜਿਹੜਾ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ, ਜਿਸਨੂੰ ਨਦਰ ਹੋਏ, ਜਿਹਨੂੰ ਇਹ ਚੀਜ਼ ਦੀ ਬਖਸ਼ਿਸ਼ ਕਰਦਾ ਮਾਲਕ, ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀਆਂ ਐਕਚੁਅਲੀ ਵੀਕਨੈਸਿਸ ਕੀ ਨੇ, ਸਟਰੈਂਥ ਕੀ ਹੈ। ਵੀਕਨੈਸਿਸ ਨੂੰ ਮੈਂ ਆਪਣੇ ਤੋਂ ਦੂਰ ਕਰਕੇ ਰੱਖਣਾ, ਸਟਰੈਂਥ ਨੂੰ ਲਗਾਤਾਰ ਵਧਾਈ ਜਾਣਾ, ਡੈਸਟਨੀ ਠੀਕ ਹੁੰਦੀ ਜਾਏਗੀ। ਦੈਟ ਇਜ਼ ਦ ਜਸਟ, ਇਹ ਇਹਨਾਂ ਹੀ ਤੇਰੇ ਵਾਸਤੇ ਆ ਬੰਦੇ, ਓਵਰਨਾਈਟ ਤੂੰ ਕੋਈ ਸੁਪਰ ਨੈਚੁਰਲ ਪਾਵਰ ਤੋਂ ਆ ਕੇ ਕੋਈ ਚੀਜ਼ਾਂ ਨਹੀਂ ਬਦਲ ਜਾਣੀਆਂ। ਮੈਂ ਐਗਜ਼ਾਮਪਲ ਦੇਣ ਲੱਗਾ ਸੀਗਾ, ਸਾਡੀ ਆਪਣੀ ਇੱਕ ਪ੍ਰੋਫੈਸਰ ਸਾਨੂੰ ਪੜ੍ਹਾ ਰਹੀ ਹੈ ਅਤੇ ਸਾਡੇ ਵੀਕਐਂਡ ਦਾ ਕੋਰਸ ਸੀਗਾ, ਬੜਾ ਇੰਟੈਂਸ ਪ੍ਰੋਗਰਾਮ ਸੀਗਾ ਸਾਈਕੋਲੋਜੀ ਰਿਲੇਟਡ, ਅਤੇ ਸਵੇਰੇ 9 to 5 ਤੱਕ ਕਲਾਸ ਹੁੰਦੀ ਹੈ ਸਾਡੀ, ਅਤੇ ਬੜੀ ਯੰਗ ਲੇਡੀ ਆ ਉਹ, ਅਤੇ ਬੜੀ ਇੰਥੂਜ਼ਿਆਸਟਿਕ, ਪੂਰੀ ਫੁੱਲ ਵਿਦ ਐਨਰਜੀ, ਹਰ ਵਕਤ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣੇ ਇੰਝ ਕਹਿ ਲਓ ਵੀ ਹਰ ਵਕਤ ਆਪਣੇ ਟੋਸ 'ਤੇ ਰਹਿੰਦੀ ਹੈ, ਹਰ ਇੱਕ ਟੋਪਿਕ ਦੇ ਉੱਤੇ, ਹਰ ਚੀਜ਼ ਦੇ ਉੱਤੇ, ਅਤੇ ਇਤਨਾ ਇੰਗੇਜ ਕਰਕੇ ਪੜ੍ਹਾਉਂਦੀ ਵੀ ਕਮਾਲ ਕਰ ਦਿੰਦੀ। ਅੱਜ ਉਹਨੇ ਸਾਨੂੰ ਪੜ੍ਹਾਇਆ ਹੈਗਾ ਆਫਟਰਨੂਨ ਤੱਕ, 12 ਵਜੇ ਜਿਹੜਾ ਹੈਗਾ ਬ੍ਰੇਕ ਹੋਈ, 12 ਤੋਂ ਇੱਕ ਲੰਚ ਬ੍ਰੇਕ ਹੈ, 1 ਵਜੇ ਦੁਬਾਰਾ ਕਲਾਸ ਸੈਸ਼ਨ ਸ਼ੁਰੂ ਹੋਇਆ। ਅਤੇ ਉਹ ਆ ਕੇ ਕਹਿੰਦੀ ਵੀ ਮੈਂ ਤੁਹਾਡੇ ਤੋਂ ਪਹਿਲਾਂ ਮਾਫ਼ੀ ਚਾਹੁੰਦੀ ਹਾਂ, ਵੀ ਪਲੀਜ਼ ਐਕਸੈਪਟ ਮਾਈ ਅਪੋਲੋਜੀ, ਆਈ ਮਾਈਟ ਨੋਟ ਡੂ ਜਸਟਿਸ ਟੂ ਮਾਈ ਜੋਬ ਟੂਡੇ, ਕੀ ਹੋਇਆ, ਬਿਕੋਜ਼ ਆਈ ਹੈਵ ਲਿਟਲ ਹੈਡਕ, ਮੈਨੂੰ ਹੈਡਕ ਹੋ ਰਹੀ ਹੈ ਤੁਹਾਡੀ। ਜਦੋਂ ਇਹ ਗੱਲ ਕਹੀ ਨਾ ਉਹਨੇ, ਅਗਲੇ ਪਾਸੇ ਸਾਰਨੀਆਂ ਤੋਂ ਇੱਕ ਥੈਰੇਪਿਸਟ ਬੈਠੀ ਸੀ ਬਿਲਕੁਲ ਉਹਦੇ ਡੈਸਕ ਦੇ ਨਾਲ, ਉਹਨੇ ਰਾਈਟ ਆਪਣਾ ਵੱਡਾ ਸਾਰਾ ਪਰਸ ਖੋਲ੍ਹਿਆ ਅਤੇ ਵਿੱਚੋਂ ਟੈਨਲ ਦੀ ਵੱਡੀ ਸਾਰੀ ਕੱਢੀ ਸ਼ੀਸ਼ੀ ਅਤੇ 2 ਕੱਢੀਆਂ ਗੋਲੀਆਂ, ਅਤੇ ਕਹਿੰਦੀ ਇਹਦਾ ਤਾਂ ਇਲਾਜ ਹੈ, ਚੱਕ ਖਾ। ਉਹ ਹੱਸ ਪਈ, ਕਹਿਣ ਲੱਗੀ ਵੀ ਥੈਂਕ ਯੂ ਐਕਚੁਅਲੀ ਫਾਰ ਯੋਰ ਕਾਈਂਡਨੈਸ, ਬਟ ਜਿਹੜੀ ਗੱਲ ਹੈ ਕਿ ਮੈਨੂੰ ਜੇ ਗੋਲੀਆਂ ਲਿਆਉਣੀਆਂ ਹੁੰਦੀਆਂ ਤਾਂ ਮੈਂ ਤੇ ਨਾਲ ਫਾਰਮੇਸੀ 4 ਚੱਕ ਲਿਆਉਂਦੀ, ਮੈਂ ਗੋਲੀ ਨਹੀਂ ਖਾ ਸਕਦੀ। ਹੁਣ ਬੈਸ ਛਿੜ ਪਈ, ਕਿਉਂ ਨਹੀਂ ਖਾ ਸਕਦੀ, ਸਿਰ ਦੁੱਖ ਰਿਹਾ, ਖਾ ਗੋਲੀ, ਇਲਾਜ ਆ ਜਦੋਂ। ਉਹ ਕਹਿੰਦੀ ਚਲੋ ਫਿਰ ਅੱਜ ਇੱਥੋਂ ਹੀ ਚਰਚਾ ਸ਼ੁਰੂ ਕਰਦੇ ਹਾਂ, ਇਹੀ ਅੱਜ ਟੌਪਿਕ ਹੀ ਹੁੰਦਾ, ਲੈਟਸ ਸੀ, ਇੱਥੋਂ ਹੀ ਆਪਣਾ ਜਿਹੜਾ ਹੈਗਾ ਆਪਾਂ ਪੜ੍ਹਾਈ ਸ਼ੁਰੂ ਕਰਦੇ ਹਾਂ। ਹੁਣ ਇਹ ਕਹਾਣੀ ਸੁਣਾਈ, ਅਸੀਂ ਬਾਏ ਚਾਂਸ ਇਹਦੇ ਉੱਤੇ ਸਟੱਡੀ ਕਰ ਰਹੇ ਸੀਗੇ ਕਿ ਜਿਹੜੇ ਟ੍ਰੇਟਸ ਨੇ ਇਹ ਬਾਏ ਬਰਥ ਆਉਂਦੇ ਨੇ ਜਾਂ ਬਾਏ ਐਕਚੁਅਲੀ ਨਰਚਰਿੰਗ ਆਉਂਦੇ ਨੇ, ਇਹਦੇ 'ਤੇ ਕੋਈ ਡਿਬੇਟ ਚੱਲ ਰਹੀ ਸਾਡੀ ਉਸ ਟਾਈਮ ਵਿੱਚ। ਗੱਲ ਇਹ ਹੋਈ, ਉਹ ਕਹਿੰਦੀ ਵੀ ਗੱਲ ਇਹ ਹੈ, ਮੈਂ ਤੁਹਾਨੂੰ ਇੱਕ ਸਨੈਰੀਓ ਦੇਣੀ ਆ, ਇਹ ਰੀਅਲ ਸਨੈਰੀਓ ਹੈ। ਦੋ ਇੰਡੀਵਿਜੁਅਲਸ ਨੇ, ਦੋਵੇਂ ਬੜੇ ਬਿਗ ਟਾਈਮ ਡਰੱਗ ਅਬਿਊਜ਼ਰ ਨੇ, ਦੋਵਾਂ ਦਾ ਵਿਆਹ ਨਹੀਂ ਹੋਣਾ ਚਾਹੀਦਾ, ਬਟ ਸਮ ਹਾਓ ਦੇ ਹੈਵ ਰਿਲੇਸ਼ਨਸ਼ਿਪ। ਉਹ ਰਿਲੇਸ਼ਨਸ਼ਿਪ ਦੇ ਦੌਰਾਨ ਦੋਵਾਂ ਦਾ ਕਦੀ ਕੰਮ ਮਿਲ ਜਾਂਦਾ, ਕਦੀ ਤੁਰ ਜਾਂਦਾ, ਕਰਦਿਆਂ ਕਰਾਉਂਦਿਆਂ ਉਹਨਾਂ ਦੀ ਸਿਚੁਏਸ਼ਨ ਕੋਈ ਬਹੁਤੀ ਚੰਗੀ ਨਹੀਂ। ਉਸ ਸਾਰੀ ਸਿਚੁਏਸ਼ਨ ਦੇ ਵਿੱਚ 1, 2 ਤੇ 3 ਬੱਚੇ ਪੈਦਾ ਹੋ ਜਾਂਦੇ, ਐਂਡ ਇਹ ਆਉਂਦਾ ਕਿ ਉਹ ਦੋਵੇਂ ਉਸ ਰੂਪ ਵਿੱਚ ਸਿਚੁਏਸ਼ਨ ਮੈਨੇਜ ਨਹੀਂ ਕਰ ਪਾਉਂਦੇ, ਅਤੇ ਅਥਾਰਟੀਜ਼ ਨੂੰ ਪਤਾ ਲੱਗ ਜਾਂਦਾ, ਅਥਾਰਟੀਜ਼ ਉਹਨਾਂ ਤੋਂ ਬੱਚੇ ਖੋ ਲੈਂਦੀ ਹੈ। ਹੁਣ ਜਦੋਂ ਚਾਈਲਡ ਕੇਅਰ ਵਾਲੇ ਬੱਚੇ ਲੈ ਗਏ, ਉਹ ਹੋਰ ਜ਼ਿਆਦਾ ਜਿਹੜੇ ਨੇ ਇਮੋਸ਼ਨਲੀ ਵੀਕ ਹੋ ਗਏ, ਹੋਮਲੈਸ ਹੋ ਗਏ। ਬੜੀ ਹੈਲਪ ਕਰਨ ਦੀ ਟਰਾਈ ਕੀਤੀ ਕਿਸੇ ਨੇ, ਕਿਸੇ ਰੂਪ ਵਿੱਚ ਬਾਤ ਨਹੀਂ ਬਣੀ। ਅਖੀਰ ਉਹਨਾਂ ਦੋਨਾਂ ਇੰਡੀਵਿਜੁਅਲ ਦਾ ਜਿਹੜਾ ਹੈ ਨਖੇੜਾ ਵੱਖਰੋ ਵੱਖਰੇ ਹੋ ਗਏ, ਭਾਵ ਜੁਦਾ ਹੋ ਗਏ। ਇੱਕ ਦਾ ਪਤਾ ਲੱਗਾ ਕਿ ਲੇਡੀ ਕੁਝ ਸਮਾਂ ਡਰੱਗ ਅਬਿਊਜ਼ ਕਰਦੀ ਓਵਰਡੋਜ਼ ਕਰਦੇ, ਕਿਸੇ ਸ਼ੈਲਟਰ 'ਚ ਮੌਤ ਹੋ ਗਈ ਉਹਦੀ। ਬੰਦਾ ਉਹ ਕਾਫ਼ੀ ਦੇਰ ਬਾਅਦ ਪਤਾ ਲੱਗਾ ਕਿ ਸ਼ਾਇਦ ਕਿਤੇ ਵੈਨਕੂਵਰ ਜਾ ਕੇ ਵੀ ਮਰ ਗਿਆ ਕਿਤੇ ਉਸ ਰੂਪ ਵਿੱਚ। ਹੁਣ ਉਹਦਾ ਜਿਹੜਾ ਵੱਡਾ ਬੱਚਾ ਬੇਟਾ ਆ, ਅਤੇ ਉਹ ਜਿਹੜੀ ਚਾਈਲਡ ਕੇਅਰ ਸੁਸਾਇਟੀ ਜੋ ਅਰੇਂਜਮੈਂਟ ਕੀਤਾ ਸੀਗਾ, ਉੱਥੋਂ ਰੋਜ਼ ਭੱਜਦਾ ਹੈ, ਬੜਾ ਬਿਹੇਵੀਅਰ ਬੈਡ ਆ, ਅਖੀਰ ਅਲਕੋਹਲ ਯੂਜ਼ ਕਰਨ ਲੱਗ ਜਾਂਦਾ, ਅਤੇ ਐਂਡ ਉਹਦਾ ਵੀ ਹੁੰਦਾ ਵੀ ਉਹ ਇੱਕ ਬੜਾ ਵੱਡਾ ਡਰੱਗ ਅਬਿਊਜ਼ਰ ਬਣ ਕੇ ਇਸ ਵਕਤ ਕਿਤੇ ਸ਼ੈਲਟਰ 'ਚ ਇਨ ਐਂਡ ਆਊਟ ਹੋਇਆ ਰਹਿੰਦਾ ਇਸ ਰੂਪ ਦੇ ਵਿੱਚ, ਇਹੋ ਹਾਲ ਹੁੰਦਾ। ਜਿਹੜਾ ਸੈਕਿੰਡ ਸਿਬਲਿੰਗ ਹੈ ਉਹਦਾ, ਉਹ ਇੱਕ ਬੱਚੀ ਹੈ, ਅਤੇ ਉਹ ਵੀ ਸੇਮ ਉਸੇ ਸਿਚੁਏਸ਼ਨ ਦੇ ਵਿੱਚ ਹੀ ਆਲਮੋਸਟ ਜਿਹੜੀ ਹੈ ਜਾ ਰਹੀ ਹੈ, ਆ ਰਹੀ ਹੈ, ਇਸ ਤਰੀਕੇ ਦੀ ਹਾਲਾਤ ਆ।
ਹੁਣ ਗੈਸ ਕਰੋ ਤੀਜੀ ਦਾ ਕੀ ਬਣਿਆ ਹੁਣ, ਤੀਜੇ ਬੱਚੇ ਦਾ, ਉਹ ਵੀ ਇੱਕ ਲੜਕੀ ਹੈ। ਸਾਰੇ ਚੁੱਪ ਨੇ। ਕਹਿੰਦੀ ਮੈਂ ਦੱਸਾਂ, ਤੀਸਰੀ ਮੈਂ ਆ। ਕਹਿੰਦੀ ਤੂੰ ਮੈਨੂੰ ਕਹਿ ਰਹੀ ਹੈ ਨਾ ਕਿ ਆ ਗੋਲੀਆਂ ਖਾ ਲੈ, ਮੈਨੂੰ ਮੇਰੇ ਆਪਣੇ ਆਪ ਬਾਰੇ ਪਤਾ ਹੈਗਾ, ਮੈਂ ਬਿਲਕੁਲ ਆਪਣੇ ਆਪ ਨਾਲ ਕਮਿਟਮੈਂਟ ਕੀਤਾ ਕਿ ਜ਼ਿੰਦਗੀ ਜਿੰਨੀ ਦੇਰ ਜੀਣੀ ਹੈ ਕਿਸੇ ਕਿਸਮ ਦੇ ਡਰੱਗਸ ਨੂੰ ਗਲ ਤੋਂ ਥੱਲੇ ਨਹੀਂ ਉਤਾਰਦਾ, ਭਾਵੇਂ ਉਹ ਪ੍ਰਿਸਕ੍ਰਾਈਬ ਡਰੱਗ ਵੀ ਕਿਉਂ ਨਾ, ਕਿਉਂਕਿ ਮੈਨੂੰ ਮੇਰੇ ਜੀਨਸ ਦਾ ਪਤਾ ਹੈ ਇਹ ਐਡਿਕਟਿਵ ਨੇ। ਇੱਕ ਵਾਰੀ ਚੀਜ਼ ਹਲਕ ਤੋਂ ਥੱਲੇ ਉਤਰੀ ਮੈਂ ਉਮਰ ਭਰ ਛੱਡ ਨਹੀਂ ਸਕਾਂਗਾ। ਆਹੀ ਹੈ ਜੀ, ਬਸ ਇਹ ਹੈ ਆਪਣੇ ਆਪ ਨੂੰ ਜਾਣਨਾ, ਪਹਿਚਾਨਣਾ, ਚੀਨਣਾ। ਕਿਸ ਬੰਦੇ ਕੋਲ ਵੀਕਨੈਸਿਸ ਨਹੀਂ ਹੈਗੀਆਂ, ਕਿਸ ਬੰਦੇ ਕੋਲ ਸਟਰੈਂਥਸ ਨਹੀਂ ਹੈਗੀਆਂ। ਵੀ ਆਰ ਆਲ ਹੋਲਡਿੰਗ ਬੋਥ ਥਿੰਗਸ ਟੁਗੈਦਰ। ਇਹ ਡਿਪੈਂਡ ਕਰਦਾ ਹੈ ਤੁਸੀਂ ਕਿਹਦੇ 'ਤੇ ਇੰਫਸਾਈਜ਼ ਕਰਦੇ ਹੋ, ਕਿਹਦੇ 'ਤੇ ਧਿਆਨ ਕਰਦੇ ਹੋ। ਇਸਨੂੰ ਹੀ ਕਿਹਾ ਸੀਗਾ ਸੂਫੀਆਂ ਨੇ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ। ਬਸ ਇਹ ਕਦਮ ਹੀ ਹੈ, ਭਾਵੇਂ ਇੱਧਰ ਪੱਟ ਲਓ ਅਤੇ ਭਾਵੇਂ ਇੱਧਰ ਪੱਟ ਲਓ, ਡੈਸਟਨੀ ਤੈਅ ਹੈ। ਹੈਵਾਨ ਵੀ ਬਣ ਸਕਦੇ ਹਾਂ, ਭਗਵਾਨ ਵੀ ਬਣ ਸਕਦੇ ਹਾਂ, ਸਭ ਸਾਡੇ 'ਤੇ ਡਿਪੈਂਡ ਕਰਦਾ। ਭਗਵਾਨ ਬਣਨ ਵਾਸਤੇ ਐਫਰਟ ਪਾਉਣੀ ਪਏਗੀ ਥੋੜ੍ਹੀ ਜਿਹੀ, ਹੈਵਾਨ ਬਣਨ ਵਾਸਤੇ ਬਹੁਤੀ ਐਫਰਟ ਪਾਉਣ ਦੀ ਲੋੜ ਨਹੀਂ ਹੈ, ਆਪਣੇ ਆਪ ਬਣ ਜਾਓਗੇ। ਕਿਉਂਕਿ ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਉਹ ਤਾਂ ਪ੍ਰਧਾਨ ਫਿਰਦਾ ਨਾ ਚਾਰ ਚਪਰੇ, ਉਹ ਤਾਂ ਲੱਭ ਰਿਹਾ ਵੀ ਆਓ ਆਓ ਮੇਰੇ ਵੱਲ ਆਓ। ਬਚਾਉਣਾ ਤੁਸੀਂ ਆਪਣੇ ਆਪ ਨੂੰ, ਇਹ ਤੁਹਾਡੇ 'ਤੇ ਹੈ। ਇੱਥੇ ਸਾਹਿਬ ਨੇ ਜ਼ਿਕਰ ਉਸ ਰੂਪ ਵਿੱਚ ਕੀਤਾ ਕਿ ਨਾਨਕ ਜੋ ਲਿਖਿਆ ਸੋ ਵਰਤਦਾ, ਇਹ ਵਰਤੇਗਾ ਪੱਕਾ, ਯੂਨੀਵਰਸਲ ਲਾ ਆ। ਪਰ ਹਾਂ, ਇਸ ਵਰਤਨ ਨੂੰ ਤੂੰ ਕਿਸ ਰੂਪ ਦੇ ਵਿੱਚ ਲੈਣਾ ਹੈਗਾ। ਕੂੜ ਵੀ ਵਰਤ ਸਕਦਾ, ਸੱਚ ਵੀ ਵਰਤ ਸਕਦਾ ਹੈਗਾ। ਸੋ ਬੁੱਝ ਹੈ ਜਿਸ ਨੂੰ ਨਦਰ ਹੋਏ, ਜਿਹਨੂੰ ਇਹ ਬਖਸ਼ਿਸ਼ ਹੋ ਜਾਏ ਨਾ, ਨਦਰ ਹੋ ਜਾਏ, ਜਿਹਨੂੰ ਇਹ ਅਹਿਸਾਸ ਹੋ ਜਾਏ। ਅਤੇ ਵੀ ਸੱਚ ਹੈ, ਜਦੋਂ ਬੰਦੇ ਨੂੰ ਪ੍ਰੋਪਰ ਇਨਫੋਰਮ ਲੈਵਲ 'ਤੇ, ਉਸ ਲੈਵਲ 'ਤੇ ਇਨਫੋਰਮੇਸ਼ਨ ਮਿਲ ਜਾਏ ਨਾ ਇਨਫੋਰਮਡ ਵੇ ਦੇ ਨਾਲ, ਫਿਰ ਗਲਤ ਡਿਸੀਜ਼ਨ ਬਣਾਉਣੇ ਬਹੁਤ ਔਖੇ ਹੁੰਦੇ ਨੇ। ਜਿਵੇਂ ਸਿਆਣੇ ਸਿਆਣੇ ਲੋਕ ਕਹਿੰਦੇ ਨੇ, ਅੱਖੀਂ ਵੇਖ ਕੇ ਅਤੇ ਮੱਖੀ ਨਹੀਂ ਖਾਧੀ ਜਾ ਸਕਦੀ, ਬਹੁਤ ਹਾਰਡ ਹੈ। ਜੋ ਤੁਸੀਂ ਕਿਸੇ ਸਿਚੁਏਸ਼ਨ ਨੂੰ ਵੇਖ ਲਓ, ਥੋੜ੍ਹਾ ਬਹੁਤ ਆਲੇ ਦੁਆਲੇ 'ਚ ਓਬਜ਼ਰਵ ਕਰੋ ਚੰਗੀ ਤਰ੍ਹਾਂ, ਉਹਦਾ ਪ੍ਰੋਪਰ ਉਹਦੇ ਪੜ੍ਹ ਲਓ ਕਿ ਇਹਦਾ ਐਂਡ ਕੀ ਹੋਏਗਾ। ਫਿਰ ਜੇ ਚਾਹੇ ਵੀ ਬੰਦਾ, ਤਾਂ ਵੀ ਕਈ ਵਾਰੀ ਕਦਮ ਨਹੀਂ ਪੁੱਟਦਾ ਉਸ ਪਾਸੇ। ਇਸੇ ਲਈ ਗੁਰੂ ਬਾਣੀ ਨੇ ਕਿਹਾ ਸੀਗਾ, ਮਨ ਸਮਝਾਵਨ ਕਾਰਨ ਹੈ ਕਛੂਕ ਪੜ੍ਹੀਏ ਗਿਆਨ, ਕੁਛ ਪੜ੍ਹਦਾ ਰਿਹਾ ਕਰ ਗਿਆਨ, ਸੋਝੀ ਲਿਆ ਕਰ, ਅੱਖਾਂ ਖੋਲ੍ਹ ਕੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਜਾਗ ਕੇ ਰਿਹਾ ਕਰ, ਵੇਖਿਆ ਕਰ ਆਲੇ ਦੁਆਲੇ, ਸਾਬਤ ਵਸਤੂ ਆਪਣੀ ਲਹਿ, ਫਿਰ ਸਾਲਮ ਕੋਈ ਨੁਕਸਾਨ ਨਹੀਂ ਹੋਏਗਾ, ਫਿਰ ਸਬੂਤ ਚੀਜ਼ ਤੈਨੂੰ ਪ੍ਰਾਪਤ ਹੋਏਗੀ। ਅਗਲੇ ਸਲੋਕ ਦੀ ਵਿਆਖਿਆ ਆਉਂਦੇ ਕੱਲ ਕਰਨ ਦਾ ਯਤਨ ਹੋਏਗਾ। ਅੱਜ ਵਾਸਤੇ ਸਮਾਂ ਸਮਾਪਤ ਹੈ, ਭਾਈ ਸਾਹਿਬ ਸਮੁੱਚੀ ਸਮਾਪਤੀ ਕਰਾਉਣਗੇ। ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੀਰੈ, ਘਰ ਤਾਂ ਤੀਰੈ ਸਭ ਕੁਛ ਹੈ, ਜਿਸ ਦੇ ਸੁਪਾ